ਹੀ ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਚਾਹੀਦਾ ਵਿਚਾਰ ਪ੍ਰੋਗਰਾਮ ਲੈ ਕੇ ਹਰ ਰੋਜ਼ ਦੀ ਤਰ੍ਹਾਂ ਅਸੀਂ ਹਾਜ਼ਰ ਹੋ ਗਏ ਹਾਂ। ਮੈਂ ਹਰਮਨ ਥਿੰਦ ਤੇ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ ਟਾਣਾ? ਬਹੁਤ ਵਧੀਆ ਜੀ, ਚੜ੍ਹਦੀ ਕਲਾ। ਆਉਂਦੇ ਹੀ ਚਾਹੀਦਾ ਵਿਚਾਰ ਉਮੜਿਆ। ਅੱਛਾ, ਨਵਾਂ ਸਵੈਟਰ ਦਿਖਾਉਣ ਦੇ ਚੱਕਰਾਂ 'ਚ ਠੰਡ ਨਹੀਂ ਲਵਾ ਲਈਦੀ ਹੁੰਦੀ ਮੇਰੇ ਦੋਸਤ? ਨਵਾਂ ਸਵੈਟਰ ਦਿਖਾਉਣ ਦੇ ਚੱਕਰਾਂ 'ਚ ਠੰਡ ਨਹੀਂ ਲਵਾ ਲਈਦੀ ਹੁੰਦੀ ਮੇਰੇ ਦੋਸਤ? ਅੱਗੇ ਤੇ ਬਸ ਫਿਰ ਨਹੀਂ ਲਵਾ ਲਈਦੀ ਹੁੰਦੀ। ਇੱਥੇ ਸਮਝੋ ਨਾ, ਇਹ ਚੱਜ ਦਾ ਵਿਚਾਰ ਸੀ? ਇੱਥੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਹਨੂੰ ਤੁਸੀਂ ਚੱਜ ਦਾ ਵਿਚਾਰ ਕਹਿੰਦੇ ਆ? ਤੁਹਾਡੇ ਵਾਲੇ ਪਿੰਡਾਂ ਦੇ ਵਾਲੇ ਇਹਨੂੰ ਸਿਰੇ ਦੀ ਚੱਜ ਦੀ ਗੱਲ ਕਹਿੰਦੇ ਆ? ਬਿਲਕੁਲ ਕਹਿੰਦੇ ਆ। ਤੁਸੀਂ ਜੇ ਨਵਾਂ ਸਵੈਟਰ ਪਾਏ, ਤੁਹਾਨੂੰ ਵੀ ਪਤਾ ਬਾਹਰ ਠੰਡ ਕਿੰਨੀ ਆ। ਇਹ ਮੋਟੀ ਆ, ਜਿਹਨੂੰ ਕੋਟੀ ਕਹਿ ਲੋ, ਇਹਨੂੰ ਸਵੈਟਰ ਕਹਿ ਲੋ, ਇਹਦਾ ਸਟਫ ਅੱਛਾ। ਅੱਜ ਮੈਂ ਕਿਹਾ ਮੈਂ ਵੀ ਕੋਟ ਕੋਟ ਪਾ ਕੇ ਜਾਨੀ ਦਿਖਾਉਂਗੀ ਟਹਿਣਾ ਸਾਹਿਬ ਨੂੰ, ਮੇਰੇ ਕੋ ਵੀ ਕੋਟ ਆ, ਤੇ ਅੱਜ ਜਨਾਬ ਜੀ ਕੋਟ ਲਾ ਕੇ ਤੇ ਕੱਲੀਆਂ ਕੋਟੀਆਂ 'ਚ ਤੁਰੇ ਫਿਰਦੇ ਨੇ। ਕੋਈ ਗੱਲ ਨੀ, ਫੇਰ ਕੀ ਹੋ ਗਿਆ? ਆਹਾ, ਤੁਸੀਂ ਘੱਟੋ ਘੱਟ 7-8 ਮਿੰਟ ਹੁਣ ਮੇਰੀ ਕੋਟੀ ਮੇਰੇ ਸਵੈਟਰ ਦੇ ਉੱਤੇ ਲਾਓਗੇ? ਜੱਚ ਰਹੇ ਹੋ ਸਰ ਜੀ, ਜੱਚ ਰਹੇ ਹੋ। ਨੀਲੀ ਦੇ ਵਿੱਚ ਆਹ ਜਿਹੜੀ ਚੀਜ਼ ਧਾਰੀ ਜੀ ਪਈ ਹੈ, ਤਾਂ ਕਿਹੜਾ ਰੰਗ ਹੈ ਦੱਸੋ? ਕਿਹੜਾ? ਅਨੀਲਾ। ਉਹ ਧਾਰੀ ਦਾ ਤੇ ਗਾਜਰੀ, ਐਵੇਂ ਗਾਜਰੀ ਔਰੇਂਜ ਆ। ਤੁਹਾਨੂੰ ਕਿਤੇ ਮਤਲਬ ਇਹ ਵੀ ਨਹੀਂ ਪਤਾ ਵੀ ਰੰਗ ਕਿਹੜਾ ਕਿਹੜਾ ਹੁੰਦਾ? ਉਹ ਅੱਜ ਕੱਲ ਭਾਈ ਜਿਹੜੀ ਗਾਜਰ ਆ ਨਾ, ਉਹ ਵੀ ਸਿਆਲਾਂ 'ਚ ਰੰਗ ਬਦਲ ਜਾਂਦੀ ਆ। ਅੱਛਾ ਜੀ, ਇੱਥੇ ਤਾਂ ਲੋਕ ਰੰਗ ਬਦਲੀ ਜਾਂਦੇ ਨੇ ਟਹਿਣਾ ਸਾਹਿਬ, ਫਿਰ ਗਾਜਰਾਂ ਕੀ ਚੀਜ਼? ਵਾਹ ਵਾਹ, ਇਹ ਵੀ ਚਾਹੀਦਾ ਵਿਚਾਰ ਸੀ, ਪਰ ਜੱਚ ਰਹੇ ਹੋ। ਬਹੁਤ ਸ਼ੁਕਰੀਆ। ਬਾਕੀ ਗੱਲਾਂ ਦੀਆਂ ਗੱਲਾਂ, ਜਿਹੜੇ ਨਾਲ ਤੁਸੀਂ ਡਬਲ ਟੈਕਰ ਬੂਟ ਪਾਏ ਨਾ ਮੈਚਿੰਗ, ਇਹ ਤਾਂ ਕਮਾਲ ਹੈ। ਵਾਹ, ਕਿੱਥੋਂ ਕਢਾਈ ਕਰਾਈ? ਕੋਈ ਹੋਰ ਦੱਸੋ ਮੈਨੂੰ, ਕੋਈ ਕਿੰਤੂ ਪਰੰਤੂ, ਕੋਈ ਨਗੋਚ ਵਿੱਚ ਕੱਢਣੀ ਹੋਵੇ, ਕੋਈ ਗੱਲਬਾਤ ਐਸੀ ਹੋਰ ਕਹਿਣੀ ਹੋਵੇ, ਕੋਈ ਬਲੂੰਦਰ ਦਿਓ ਮੈਨੂੰ, ਵੇਖੀ ਜਾਓ। ਬੜੀ ਦੇਰ ਹੋ ਗਈ ਸੀ। ਹਾਂਜੀ, ਤੁਹਾਡੀਆਂ ਡੱਬੀਆਂ ਵਾਲੀਆਂ ਕਮੀਜ਼ਾਂ ਤੇ ਟਿੱਪਣੀ ਨਹੀਂ ਸੀ ਕਰ ਹੋਈ, ਕਿਉਂਕਿ ਉਹ ਰੋਜ਼ ਜੈਕਟ ਥੱਲੇ ਲੁੱਕ ਜਾਂਦੀ ਸੀ। ਅੱਜ ਮੌਕਾ ਮਿਲਿਆ ਸ਼ਰਿਆਮ ਧਾਰੀਆਂ ਵੇਖਣ ਦਾ। ਵਾਹ, ਅੱਜ ਤਾਂ ਚੱਜ ਦੇ ਵਿਚਾਰ ਆ ਨਾ, ਬਿਲਕੁਲ ਨਾਲ ਦੀ ਨਾਲ ਆ ਰਹੇ ਆ। ਦੇਖੋ ਗੱਲ ਤਾਂ ਉਹੀ ਹੈ, ਜਦੋਂ ਮੋਹਰੇ ਬੰਦਾ ਐ ਸੱਜ ਫੱਬ ਕੇ ਬੈਠਾ ਹੋਵੇ ਤਾਂ ਚੱਜ ਦੇ ਵਿਚਾਰਾਂ ਦੀ ਕੀ ਮਜ਼ਾ ਲਾ ਕੇ ਪਿੱਛੇ ਰੁਕ ਜਾਣ। ਵਾਹ ਵਾਹ, ਹੁਣ ਕੰਮ ਦੀ ਗੱਲ ਤੇ ਆ ਗਏ ਜੀ। ਜ਼ਰੂਰ ਆ ਗਏ। ਮੌਸਮ ਕਿਵੇਂ ਹੈ ਟਾਣਾ ਸਾਹਿਬ? ਮੌਸਮ ਬੜਾ ਠੰਡਾ, ਤਾਂ ਹੀ ਕੱਲੀ ਕੋਟੀ ਪਾਈ ਹੈ। ਇਹਨੂੰ ਛੱਡ ਦਿਓ, ਸਾਰਾ ਸੰਸਾਰ ਇਹਦੇ ਚ ਨਹੀਂ ਆ ਕੇ ਫਸ ਜਾਂਦਾ। ਨਹੀਂ, ਚਲੋ ਮੌਸਮ ਕਿਵੇਂ ਹੈ? ਮੌਸਮ ਬੜਾ ਠੰਡਾ ਜੀ, ਬਾਹਰ ਬੇਹੱਦ ਧੁੰਦ। ਮੈਂ ਰਾਤ ਨਾ 10 ਵਜੇ ਬਾਹਰ ਨਿਕਲ ਕੇ ਦੇਖਿਆ, ਕੁਛ ਵੀ ਨਾ ਦਿਸੇ, ਕੱਖ ਵੀ ਨਾ ਦਿਸੇ, ਸਾਹਮਣੇ ਘਰ ਵਾਲੀਆਂ ਕਾਰਾਂ ਵੀ ਨਾ ਦਿਸਣ। ਤੁਸੀਂ 10 ਵਜੇ ਦੇਖ ਕੇ ਲੈਣਾ? ਮੈਂ ਕਿਹਾ ਵੇਖਾਂ ਤਾਂ ਸਹੀ ਮੌਸਮ ਦੀ ਹਾਲ ਬਿਆਨੀ ਕਿਹੋ ਜਿਹੀ, ਤੜਕੇ ਜਾ ਕੇ ਪੇਸ਼ ਵੀ ਕਰਨਾ। ਵਾਹ ਵਾਹ ਵਾਹ, ਪੂਰਾ ਪਤਾ ਕਰਨਾ ਚਾਹੀਦਾ ਵੀ ਰਾਤ ਧੁੰਦ ਕਿੰਨੀ ਕੁ ਸੀ, ਤੜਕੇ ਵੇਲੇ ਕਿੰਨੀ ਕੁ ਸੀ, ਬੱਦਲਵਾਈ ਕਿੰਨੀ ਕੁ ਆ। ਜਦੋਂ ਅਸੀਂ ਇਸ ਪ੍ਰੋਗਰਾਮ ਦੀ ਸਾਂਝ ਪਾ ਰਹੇ ਹਾਂ, ਬਾਹਰ ਮੱਠੀ ਮੱਠੀ ਨਿੱਘੀ ਨਿੱਘੀ ਧੁੱਪ ਨਿਕਲੀ ਆ, ਪਰ ਉਹ ਧੁੱਪ ਲੱਗ ਨਹੀਂ ਰਹੀ ਕਿਉਂਕਿ ਮਾਹੌਲ ਇੰਨਾ ਠੰਡਾ ਹੈ, ਵਾਤਾਵਰਨ ਇੰਨਾ ਠੰਡਾ ਹੈ, ਆਲੇ ਦੁਆਲੇ ਮੌਸਮ ਇੰਨਾ ਠੰਡਾ ਹੋਇਆ ਹੋਇਆ ਕਿ ਧੁੱਪ ਚਾਹੇ ਨਿਕਲੀ ਹੈ ਪਰ ਉਹ ਲੱਗ ਨਹੀਂ ਰਹੀ, ਤੁਹਾਨੂੰ ਮਹਿਸੂਸ ਨਹੀਂ ਹੋ ਰਹੀ? 21 ਤਰੀਕ ਤੋਂ ਇੱਕ ਵਾਰ ਫਿਰ ਕਹਿੰਦੇ ਕਣੀਆਂ ਪੈਣੀਆਂ ਸ਼ੁਰੂ ਹੋਣੀਆਂ। ਹੁਣ 21-22 ਤੇ 23 ਦੇ ਬਾਬਤ ਕਿਹਾ ਮੌਸਮ ਵਿਭਾਗ ਨੇ, ਬਾਕੀ ਪੈਂਦੀਆਂ ਕਿ ਨਹੀਂ ਪੈਂਦੀਆਂ ਪਤਾ ਨੀਗਾ, ਪਰ ਹੁਣ ਠੰਡ ਦੇ ਕਰਕੇ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ। ਬਠਿੰਡੇ ਦੇ ਵਿੱਚ ਇੱਕ ਬਜ਼ੁਰਗ ਦੀ ਮੌਤ ਹੋ ਗਈ ਆ, ਨਾਭੇ ਦੇ ਵੱਲ ਵੀ ਕਹਿੰਦੇ ਵੀ 2 ਮੌਤਾਂ ਦੀਆਂ ਖਬਰਾਂ ਆਈਆਂ। ਸੋ ਜਿਹੜੇ ਫੁੱਟਪਾਥਾਂ ਦੇ ਉੱਤੇ, ਸੜਕਾਂ ਦੇ ਕੰਢਿਆਂ ਦੇ ਉੱਤੇ ਲੋਕ ਸੁੱਤੇ ਹੋਏ ਆ, ਜਿਹੜੇ ਗਰੀਬ ਗੁਰਬੜੇ ਆ, ਜਿਹੜੇ ਕਿ ਭਿਖਾਰੀ ਆ ਜਾਂ ਹੋਰ ਕੋਈ ਕਾਰਨ ਹੋਊਗਾ, ਉਹਨਾਂ ਨੂੰ ਕੰਬਲ ਦਿਓ ਵੱਧ ਤੋਂ ਵੱਧ, ਉਹਨਾਂ ਨੂੰ ਕੋਈ ਖਾਣ ਪੀਣ ਵਾਲੀ ਤੁਸੀਂ ਚੀਜ਼ ਦੇ ਦਿਓ। ਜੇਕਰ ਤੁਸੀਂ ਦਾਨ ਹੀ ਕਰਨਾ ਤਾਂ ਬੰਦੇ ਦੇ ਕੰਮ ਆਓ। ਵਾਕਈ ਬੰਦੇ ਦੇ ਕੰਮ ਆਉਣ ਦੀ ਬਹੁਤ ਲੋੜ ਹੈ ਕਿਉਂਕਿ ਇਹ ਠੰਡ ਐਸੀ ਠੰਡ ਹੈ। ਮੈਂ ਨਾ ਅੱਗੇ ਆਪਣੇ ਫੇਸਬੁੱਕ ਸਫ਼ੇ ਦੇ ਉੱਪਰ ਟਹਿਣਾ ਸਾਹਿਬ ਪੜ੍ਹ ਰਹੀ ਸੀ, ਕਿਸੇ ਨੇ ਕਮਲ ਥਿੰਦ ਕਰਕੇ ਆਪਣੇ ਕੋਈ ਵਿਊਅਰ ਨੇ, ਉਹਨਾਂ ਨੇ ਆਪਣੀ ਇੱਕ ਨਿੱਜੀ ਕਹਾਣੀ ਉਹਦੇ ਤੇ ਪਾਈ ਹੋਈ ਸੀ, ਹੈ ਨਾ, ਤੇ ਉਹ ਮੇਰੇ ਦਿਲ ਨੂੰ ਛੂ ਗਈ। ਉਹ ਕਹਿੰਦੇ ਵੀ ਜਦੋਂ ਸਾਡਾ ਸਾਰਾ ਪਰਿਵਾਰ ਕੈਨੇਡਾ ਆਉਣ ਦੀ ਤਿਆਰੀ ਕਰ ਰਿਹਾ ਸੀ ਤੇ ਮੈਂ ਆਪਣੇ ਘਰ ਕੰਮ ਕਰਦੀ ਹੋਈ ਔਰਤ ਨੂੰ ਆਪਣੀਆਂ ਰਜਾਈਆਂ ਦੇ ਦਿੱਤੀਆਂ। ਅਗਲੇ ਦਿਨ ਉਹ ਕਿੰਨੀ ਦੇਰ ਆਈ ਨੀ, ਬਹੁਤ ਦੇਰੀ ਨਾਲ ਕੰਮ ਤੇ ਪਹੁੰਚੀ, ਹੈ ਨਾ, ਤੇ ਕਹਿੰਦੇ ਮੈਂ ਉਹਨੂੰ ਪੁੱਛਿਆ ਵੀ ਗੀਤਾ ਕੀ ਹੋਇਆ, ਇੰਨੀ ਲੇਟ ਕਾਹਤੇ ਹੋ ਗਈ, ਤੇ ਗੀਤਾ ਕਹਿੰਦੀ ਵੀ ਅਸਲ ਦੇ ਵਿੱਚ ਮੈਡਮ ਜੀ ਗੱਲ ਇਹ ਆ ਵੀ ਪਹਿਲੀ ਵਾਰ ਰਜਾਈ 'ਚ ਸੁੱਤੀ ਸੀ ਤੇ ਉਹਦੇ ਨਿੱਘ 'ਚ ਮੈਨੂੰ ਪਤਾ ਹੀ ਨੀ ਲੱਗਿਆ ਤੇ ਉੱਠਦਿਆਂ ਸਵੇਰੇ ਦੇਰੀ ਹੋ ਗਈ, ਤੇ ਕਹਿੰਦੇ ਅੱਜ ਵੀ ਜਦੋਂ ਮੈਂ ਨਿੱਘੇ ਥਾਂ ਤੇ ਸੌਂਦੀ ਹਾਂ ਤੇ ਮੇਰੀਆਂ ਅੱਖਾਂ ਮੂਹਰੇ ਗੀਤਾ ਦਾ ਚਿਹਰਾ ਆ ਜਾਂਦਾ। ਸੋ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਜੇ ਅਸੀਂ ਮੁਲਾਇਮ ਗੱਦਿਆਂ ਤੇ ਸੌਂਦੇ ਹਾਂ, ਜੇ ਨਿੱਘੇ ਥਾਂ ਤੇ ਸੁੱਤੇ ਹਾਂ ਤਾਂ ਉਸ ਪਰਮਾਤਮਾ ਦਾ, ਉਸ ਕੁਦਰਤ ਦਾ, ਸਾਡੀ ਮਿਹਨਤ ਦਾ ਲੱਖ ਲੱਖ ਸ਼ੁਕਰਾਨਾ ਹੈ ਕਿ ਅਸੀਂ ਇਸ ਕਾਬਲ ਹੋਏ ਹਾਂ। ਬਿਲਕੁਲ ਸਹੀ ਗੱਲ ਹੈ ਨਾ। ਬਿਲਕੁਲ, ਲੋ ਜੀ, ਗੱਲਾਂ ਬਾਤਾਂ ਹੋ ਗਈਆਂ ਮੌਸਮ ਬਾਰੇ ਵੀ ਜੀ, ਤੇ ਹੋਰ ਵੀ ਕੋਟੀਆਂ ਸਵੈਟਰਾਂ ਨੂੰ ਤੁਸੀਂ ਪੁਣ ਛਾਣ ਲਿਆ ਜੀ, ਹੁਣ ਚੱਜ ਦੇ ਵਿਚਾਰ ਦੀ ਸਾਂਝ ਪਾ ਲਓ ਜੀ। ਜਿਹੜਾ ਚਾਹੀਦਾ ਵਿਚਾਰ ਮੈਂ ਅੱਜ ਲੈ ਕੇ ਆਈ ਆ, ਕਹਿੰਦੇ ਬਹੁਤ ਘੱਟ ਲੋਕਾਂ ਦੇ ਕੋਲ ਸੋਚ ਹੁੰਦੀ ਹੈ। ਬਹੁਤ ਹੀ ਘੱਟ ਲੋਕਾਂ ਦੇ ਕੋਲੇ ਸੋਚ ਨਾਂ ਦੀ ਚੀਜ਼ ਹੁੰਦੀ ਹੈ। ਬਹੁਤਿਆਂ ਕੋਲ ਤਾਂ ਸਹਿਰੀ ਹੁੰਦਾ, ਬਹੁਤਿਆਂ ਕੋਲ ਤਾਂ ਸਹਿਰੀ ਹੁੰਦਾ,
ਇਹ ਗੱਲ ਖਤਮ ਹੋ ਗਈ, ਗੱਲ ਖਤਮ ਹੋ ਗਈ, ਹੁਣ ਅੱਗੇ ਕਿੱਥੇ ਜਾ ਰਹੀ ਹੈ। ਬਹੁਤ ਸੰਖੇਪ ਜੀ, ਤੇ ਬਹੁਤ ਹੀ ਸੋਚਣ ਵਾਲੀ ਆ ਵੀ ਨਾ, ਕੱਲੇ ਸਿਰਾਂ ਦੀ ਗਿਣਤੀ ਨਹੀਂ ਕਰਨੀ ਚਾਹੀਦੀ, ਸਿਰਾਂ ਦੇ ਵਿੱਚ ਹੈ ਕਿ ਇਹਦੀ ਗਿਣਤੀ ਹੋਣੀ ਚਾਹੀਦੀ ਆ। ਮੈਂ ਤਾਂ ਕਦੇ ਕਦੇ ਸੋਚਦਾ ਵੀ ਭਾਰਤ ਦੇ ਵਿੱਚ ਜਦੋਂ ਕਿਸੇ ਨੇ ਵੋਟਾਂ ਪਾਉਣੀਆਂ ਹੁੰਦੀਆਂ, ਹਿੰਦੀ ਵਿੱਚ ਕਹਿੰਦੇ ਆ ਇਤਨੇ ਲੋਕੋ ਨੇ ਮਤਦਾਨ ਕੀਆ, ਮੈਂ ਕਹਿੰਦਾ ਹੇ ਸੱਚੇ ਪਾਤਸ਼ਾਹ ਨੂੰ ਮਤ ਵੀ ਕਦੇ ਦਾਨ ਕਰ। ਇਹ ਲੋਕ ਆ ਜਿਹੜੇ ਮਤਦਾਨ ਕਰਨ ਵੇਲੇ ਮਤ ਦੀ ਵਰਤੋਂ ਕਿਉਂ ਨੀ ਕਰਦੇ ਗੇ? ਇਸ ਕਰਕੇ ਉਦੋਂ ਇਉਂ ਲੱਗਦਾ ਵੀ ਇਹ ਤਾਂ ਸਿਰਾਂ ਨੂੰ ਜੇਲ ਲਾਉਣ ਵਾਸਤੇ, ਵਾਲਾਂ ਦੇ ਵਿੱਚ ਤੇਲ ਲਾਉਣ ਵਾਸਤੇ, ਬੋਧੇ ਵਾਹੁਣ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ। ਬਹੁਤ ਘੱਟ ਲੋਕ ਆ ਜਿਹੜੇ ਅਸਲ ਅਰਥਾਂ ਦੇ ਵਿੱਚ ਸਿਰ ਦੀ ਵਰਤੋਂ ਕਰਦੇ। ਪਰ ਇੱਕ ਮੇਰਾ ਚੱਜ ਦਾ ਵਿਚਾਰ ਆ, ਡਾਕਟਰ ਕਹਿੰਦੇ ਆ ਪੈਦਲ ਚੱਲਣਾ ਸਿਹਤ ਲਈ ਬਹੁਤ ਚੰਗਾ ਹੁੰਦਾ, ਪਰ ਪੈਦਲ ਪੈਰਾਂ ਨਾਲ ਤੁਰਨਾ ਚਾਹੀਦਾ, ਦਿਮਾਗ ਨਾਲ ਨਹੀਂ। ਵਾਹ ਟਹਿਣਾ ਸਾਹਿਬ, ਸਿਰਾ ਹੀ ਲਾ ਗਏ, ਕਮਾਲਾਂ ਕਰ ਦਿੱਤੀਆਂ। ਪੈਰੋਂ ਪੈਦਲ ਹੋਣਾ ਚਾਹੀਦਾ, ਦਿਮਾਗੋਂ ਪੈਦਲ ਨਹੀਂ ਹੋਣਾ ਚਾਹੀਦਾ। ਜੇ ਦਿਮਾਗੋਂ ਪੈਦਲ ਹੋਵਾਂਗੇ ਤਾਂ ਨਤੀਜੇ ਚੰਗੇ ਤੋਂ ਉਲਟ ਆਉਂਦੇ ਆ। ਇਸ ਕਰਕੇ ਭਾਈ ਸਹੀ ਤਰੀਕੇ ਨਾਲ ਤੁਰੋ ਜੀ। ਵੈਸੇ ਵੀ ਪੈਰੋਂ ਪੈਦਲ ਹੋਵੋਗੇ ਤਾਂ ਤੁਹਾਡੀ ਸਿਹਤ ਤੰਦਰੁਸਤ ਰਹੇਗੀ, ਤੁਸੀਂ ਇੱਕਦਮ ਵਧੀਆ ਤਰੀਕੇ ਨਾਲ ਕੰਮ ਕਰ ਸਕੋਗੇ, ਤੁਸੀਂ ਜ਼ਿੰਦਗੀ ਲੰਮੀ ਜੀਓਗੇ, ਤੁਸੀਂ ਆਪਣੇ ਆਪ ਨੂੰ ਬਿਲਕੁਲ ਤੰਦਰੁਸਤ ਰੱਖ ਸਕੋਗੇ, ਹੈ ਨਾ। ਪਰ ਜੇ ਦਿਮਾਗੋਂ ਪੈਦਲ ਹੋਵੋਗੇ ਤਾਂ ਚਾਹੇ ਜ਼ਿੰਦਗੀ ਲੰਮੀ ਹੋਏ ਛੋਟੀ ਹੋਏ, ਤੁਸੀਂ ਤੰਦਰੁਸਤ ਹੋਵੋ ਜਾਂ ਨਾ ਹੋਵੋ, ਜੇ ਦਿਮਾਗ ਹੀ ਪੈਦਲ ਚੱਲਣ ਲੱਗ ਗਿਆ ਤਾਂ ਫਿਰ ਇਸ ਜ਼ਿੰਦਗੀ ਦਾ ਕੋਈ ਫਾਇਦਾ ਨਹੀਂ ਰਹਿ ਜਾਂਦਾ। ਨਾਲੇ ਨਾ ਇੰਨੀ ਠੰਡ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ। ਆ ਮੈਨੂੰ ਸਵੇਰੇ ਸਵੇਰੇ ਇੱਕ ਸੱਜਣ ਨੇ ਕਿਹਾ, ਜੋ ਕਿ ਸੁਨੇਹੇ ਦੇ ਰੂਪ ਦੇ ਵਿੱਚ ਗੱਲ ਆਈ, ਕਹਿੰਦੇ ਵੀ ਮੈਂ ਤਾਂ ਹੁਣ ਇਹ ਗੱਲ ਕਹਿ ਰਿਹਾ ਕਿ ਭਾਈ ਸਵੇਰ ਦੇ ਵੇਲੇ ਉੱਠ ਕੇ ਇਹ ਮੈਸੇਜ ਨੂੰ, ਇਹ ਸੁਨੇਹੇ ਨੂੰ ਘੱਟੋ ਘੱਟ 20-25-30 ਲੋਕਾਂ ਨੂੰ ਭੇਜੋ, ਤੇ ਤੁਹਾਡੇ ਘਰ ਦੇ ਵਿੱਚ ਧੰਨ ਦੀ ਬਾਰਿਸ਼ ਹੋਊਗੀ, ਮੀਂਹ ਪਊਗਾ। ਕਹਿੰਦੇ ਵੀ ਤੜਕੇ ਉੱਠ ਕੇ 4:30 ਪੰਜ ਬਾਲਟੀਆਂ ਟੈਂਕੀ ਦੇ ਠੰਡੇ ਪਾਣੀ ਨਾਲ ਨਹਾਓ, ਲੈ ਲਓ, ਤੇ ਜੇਕਰ ਤੁਸੀਂ ਉਹਦੇ ਵਿੱਚ 10 ਕਿਲੋ ਬਰਫ਼ ਵੀ ਪਾ ਲਓ ਜੀ, ਤਾਂ ਕਹਿੰਦਾ ਹੋ ਸਕਦਾ ਅਗਲੀਆਂ ਪੀੜ੍ਹੀਆਂ ਤੱਕ ਧੰਨ ਦੀ ਕਦੇ ਕਮੀ ਨਾ ਆਵੇ। ਅੱਛਾ ਜੀ, ਤੇ ਮੈਨੂੰ ਕਹਿੰਦਾ ਭੇਜ ਦਿਓ। ਮੈਂ ਕਿਹਾ ਮੇਰੀ ਤਾਂ ਸਿਹਤ ਨਹੀਂ ਠੀਕ, ਤੁਸੀਂ ਗਾਂ ਭੇਜ ਦਿਓ, ਧੰਨ ਮੰਡੀ ਜਾਓ ਆਪਸ ਦੇ ਵਿੱਚ ਹੀ। ਆ ਵੀ ਮੁੜ ਕੇ ਬੰਦਾ ਜਦ ਪਤਾ ਕੀ, ਉਹਦੇ ਵਿੱਚ ਇੱਕ ਡੂੰਘਾ ਮੈਸੇਜ, ਜਦੋਂ ਬੰਦਾ 10 ਕਿਲੋ ਬਰਫ਼ ਪਾ ਕੇ ਇੰਨੇ ਠਾਰੇ ਪਾਣੀ ਦੇ ਵਿੱਚ ਨਹਾ ਲਊਗਾ ਤੇ ਆਪ ਤਾਂ ਉਹ ਮਤਲਬ ਸੁੱਖ ਨਾਲ ਝੰਡੀ ਹੋ ਜਾਊਗਾ ਤੇ ਪਿੱਛੋਂ ਜਾਇਦਾਦ ਨਿਆਣਿਆਂ ਦੀ। ਕਿੰਨੀਆਂ ਪੁਸ਼ਤਾਂ ਦੇਖੋ ਤੁਹਾਨੂੰ ਤੁਹਾਨੂੰ ਬਿਲਕੁਲ ਸਹੀ ਗੱਲ ਆ। ਪਰ ਹਰਮਨ ਜੀ, ਗੰਢਿਆਂ ਨੇ ਕੀ ਕਢਾਈ ਪਈ ਆ ਜੀ। ਆ ਫਿਰੋਜ਼ਪੁਰ ਦੇ ਵੱਲੋਂ ਇੱਕ ਖ਼ਬਰ ਆਈ ਆ, ਕਹਿੰਦੇ ਵੀ ਇੰਨੇ ਮਹਿੰਗੇ ਹੋ ਗਏ ਗੰਢੇ, 120 ਰੁਪਏ ਕਿਲੋ ਉੱਥੇ ਵਿਕਦੇ ਆ ਜੀ। ਆ ਜਲੰਧਰ ਦੇ ਵੱਲ ਕੱਲ ਮੈਂ ਪੁੱਛਿਆ 110 ਰੁਪਏ ਕਿਲੋ, ਕਿਸੇ ਥਾਂ ਤੇ 120, ਕਿਸੇ ਥਾਂ ਦੇ ਉੱਤੇ 105, ਕਿਸੇ ਥਾਂ ਦੇ ਉੱਤੇ 125। ਉਹ ਨਖਰੇ ਕਰ ਕਰਕੇ ਵੇਚਦੇ ਹੁਣ ਜਿਹੜੇ ਰੇਹੜੀਆਂ ਵਾਲੇ ਆ, ਉਹ ਕਹਿੰਦੇ ਲੈਣਾ ਕਿ ਨਹੀਂ ਲੈਣਾ। ਓਏ ਹੋਏ, ਸਾਡੀ ਗਲੀ ਵਿੱਚ ਜਿਹੜੇ ਆਉਂਦੇ ਭਾਈ, ਉਹਨਾਂ ਨੇ ਤਾਂ ਵਿਚਾਰ ਹੀ ਬਦਲ ਗਏ। ਅੱਛਾ, ਉਹ ਸਾਨੂੰ ਐਵੇਂ ਸਮਝਦੇ ਆ ਵੀ ਆਪਾਂ ਮਾਤੜ ਜੇ ਲੋਕ ਆ, ਇਹਨਾਂ ਨੂੰ ਕੀ। ਦੇਖੋ, ਜਿਹਦੀ ਰੇਹੜੀ ਦੇ ਉੱਪਰ ਇੰਨੇ ਮਹਿੰਗੇ ਗੰਢੇ ਤੁਰੇ ਫਿਰਦੇ ਹੋਣ ਤੇ ਉਹਨੇ ਘਰ ਦੇ ਵਿੱਚ ਰਹਿੰਦੇ ਨੂੰ ਮਾਤੜ ਹੀ ਸਮਝਣਾ, ਉਹਨੂੰ ਪਤਾ ਵੱਧ ਤੋਂ ਵੱਧ 1/2 ਕਿਲੋ ਲੈ ਲੈਣਗੇ, ਵੱਧ ਤੋਂ ਵੱਧ 2-4 ਪੀਸ ਲੈ ਲੈਣਗੇ। ਮੇਰੇ ਕੋ ਵੇਖੋ ਕਿੰਨੇ ਗੰਢੇ ਪਏ ਨੇ, ਮੇਰੇ ਜਿੰਨਾ ਅਮੀਰ ਕੌਣ? ਉਹ ਆਪੇ ਮਾਤੜ। ਮੈਨੂੰ ਕਹਿੰਦਾ ਕਿੰਨੇ ਗੰਢੇ ਲੈਣੇ ਹੈ? ਮੈਂ ਕਿਹਾ 2। ਆਹਾ, ਕਿੰਨਾ ਕਿਲੋ? ਮੈਂ ਕਹਿੰਦਾ ਗਿਣਤੀ ਚ 2। ਮੈਂ ਕਿਹਾ 2 ਗੰਢੇ ਲੈਣੇ ਆ, ਕਿਉਂਕਿ ਅਸੀਂ 1 ਗੰਢੇ ਨਾਲ ਹੁਣ 5 ਦਿਨ ਕੱਢਦੇ ਆ। ਉਹਦਾ ਗੰਢਾ ਵੀ ਤਾਂ ਐਡਾ, ਉਹ ਅਫਗਾਨੀ ਗੰਢਾ ਤਾਂ ਐਡਾ ਸਾਰਾ ਹੈ ਸੱਚੀ। ਉਹ ਤਾਂ ਐ ਲੱਗਦਾ ਜਿਵੇਂ ਘੂਰ ਘੂਰ ਵੇਖਦਾ ਹੁੰਦਾ ਤੁਹਾਡੇ ਆ। ਲੈ ਸਕਦੇ ਆ ਕਿ ਨਹੀਂ? ਸੋ ਇਸ ਕਰਕੇ ਭਾਈ ਮਹਿੰਗਾਈ ਨੇ ਕਢਾਤੀ ਹੈ ਚੀਕ, ਤੇ ਗੰਢਿਆਂ ਦੇ ਪਿੱਛੇ ਹੁਣ ਆਲੂ ਵੀ ਮਹਿੰਗੇ ਹੋਣੇ ਸ਼ੁਰੂ ਹੋ ਗਏ ਆ। ਤੇ ਜਦ ਤਾਈ ਇਹਨਾਂ ਦੋਵਾਂ ਦੀ ਆਦਤ ਪੈਣੀ ਸ਼ੁਰੂ ਹੋਣੀ ਹੈ, ਤਦ ਤਾਈ ਟਮਾਟਰ ਵੀ ਤਾਂ ਰੰਗ ਦਿਖਾਉਣਗੇ ਫਿਰ। ਬਿਲਕੁਲ ਸਹੀ ਗੱਲ, ਤੇ ਅੱਗੇ ਫੇ ਵਾਰੀ ਲਸਣ ਤੇ ਅਦਰਕ ਦੀ ਵੀ ਹੈ। ਬਿਲਕੁਲ ਸਹੀ, ਬਸ ਇਦਾਂ ਹੀ ਜ਼ਿੰਦਗੀ ਨਿਕਲ ਜਾਣੀ ਹੈ ਤੇ ਕਹਿੰਦੇ ਅੱਛੇ ਦੇ ਨਾਨੇ ਵਾਲੇ ਹੈ। ਨਹੀਂ, ਸਾਨੂੰ ਅੱਛੇ ਚਾਹੀਦੇ ਨਹੀਂ, ਮਾੜੇ ਲਿਆ ਭਰਾਵਾ। ਸਾਨੂੰ ਪਹਿਲਾਂ ਵਰਗੇ ਮਾੜੇ ਚਾਹੀਦੇ ਆ ਸੱਚੀ। ਜਦੋਂ ਗੰਢੇ ਸੀਗੇ 10 ਰੁਪਏ ਕਿਲੋ, ਜਦੋਂ ਆਲੂ ਸੀਗੇ 5-7 ਰੁਪਏ ਕਿਲੋ, ਅਸੀਂ ਇਹਨਾਂ ਚੰਗੇ ਰੇੜਾਂ ਦੇ ਵਿੱਚੋਂ ਕੀ ਕੱਢਿਆ? ਦੇਖੋ, ਮਾੜੇ ਦਿਨਾਂ ਦੇ ਵਿੱਚ ਤੇਲ ਦੀਆਂ ਕੀਮਤਾਂ ਘੱਟ, ਬਿਜਲੀ ਦੀਆਂ ਕੀਮਤਾਂ ਘੱਟ, ਗੰਢਿਆਂ ਦੀਆਂ ਕੀਮਤਾਂ ਘੱਟ, ਆਲੂਆਂ ਦੀਆਂ ਕੀਮਤਾਂ ਘੱਟ, ਉਸ ਤੋਂ ਬਾਅਦ ਸਿਲੰਡਰਾਂ ਦੀਆਂ ਕੀਮਤਾਂ ਘੱਟ, ਤੋ ਮਾੜੇ ਹੀ ਚੰਗੇ। ਤੁਸੀਂ ਭਾਰਤ ਦੇ ਵਿੱਚ ਰਹਿ ਕੇ ਇਹੋ ਜਿਹੀਆਂ ਗੱਲਾਂ ਕਰਦੇ ਹੋ? ਕੀ ਮਤਲਬ? ਤੁਸੀਂ ਦੇਸ਼ ਧਰੋਹੀ ਹੋ। ਓ, ਤੁਹਾਡੇ ਤੇ ਦੇਸ਼ ਧਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ। ਸੱਚ ਬੋਲਣਾ, ਤੁਸੀਂ ਸਰਕਾਰਾਂ ਬਦਲਦੇ ਹੋ। ਅੱਛਾ ਜੀ, ਹਾਂ, ਸੱਚ ਬੋਲਣਾ ਦੇਸ਼ ਧਰੋਹ ਹੁੰਦਾ। ਤੁਸੀਂ ਸਰਕਾਰਾਂ ਦੇ ਖਿਲਾਫਤ ਕਰਦੇ ਹੋ। ਸੱਚ ਬੋਲਣਾ ਤਾਂ ਹੈ ਹੀ ਦੇਸ਼ ਧਰੋਹੀ। ਅੱਛਾ ਜੀ, ਤੁਸੀਂ ਦੇਸ਼ ਭਗਤ ਬਣਨਾ ਨਾ ਜੇਕਰ ਤੁਸੀਂ ਇਹ ਕਹੋ ਵੀ ਗੰਢੇ ਆ ਜਿਹੜੇ ਉਹ ਬਿਲਕੁਲ ਸਹੀ ਜਾ ਰਹੇ ਆ, ਕੋਈ ਸਮੱਸਿਆ ਨਹੀਂ ਸਿਲੰਡਰ ਦੀ, ਬਿਲਕੁਲ ਸਹੀ ਚੱਲ ਰਿਹਾ ਦੇਸ਼, ਕੋਈ ਸਮੱਸਿਆ ਹੈ ਹੀ ਨਹੀਂ ਇੱਕ ਪੈਸੇ ਦੀ ਵੀ। 25-30 ਲੱਖ ਰੁਪਿਆ ਕੱਲ ਮੋਦੀ ਸਾਹਿਬ ਨੇ ਮੇਰੇ ਅਕਾਊਂਟ ਚ ਪਾਤਾ। ਅੱਛਾ, ਪਤਾ ਨਾ ਲੱਗੇ ਕਿੱਥੇ ਖਰਚਾ ਕਿੱਥੇ ਨਾ ਖਰਚਾ, ਤੁਰੀ ਆਉਂਦੀ ਖਿਲਾਰ ਦੀ ਆਈ ਐਕਟਿਵਾ ਦੇ ਮਗਰ। ਅੱਛਾ, ਮੈਂ ਕਿਹਾ ਜਿਹਨੂੰ ਚਾਹੀਦੇ ਭਰਾਵਾ ਚੱਕ ਲਓ ਇੰਨੇ ਨੋਟ, ਮੈਂ ਕੀ ਕਰਨਾ। ਫਿਰ ਉਦੋਂ ਬਾਅਦ ਸਿਲੰਡਰ ਮੈਂ ਮਗਰ ਨਾਲ ਹੀ ਬੰਨ ਲਿਆ ਐਕਟਿਵਾ ਦੇ, ਇੱਦਾਂ ਲੈਣ ਦੇ ਵਿੱਚ ਨਾ, ਮੈਂ ਕਿਹਾ ਜਿਹਨੂੰ ਚਾਹੀਦਾ ਮਗਰ ਮਗਰੋਂ ਲਾਈ ਚੱਲੋ। ਅੱਛਾ, ਗੰਢੇ ਮੈਂ ਸਾਰਾ ਟਰੱਕ ਪਲਟਾਤਾ ਉੱਥੇ, ਮੈਂ ਕਿਹਾ ਵੀ ਵੰਡ ਲਓ, ਮੈਨੂੰ ਚਾਹੀਦੇ ਨਹੀਂ। ਅੱਛਾ, ਨੋਟ ਇੰਨੇ ਆ ਰਹੇ, ਸਮਝ ਨਹੀਂ ਆ ਰਹੀ ਟਹਿਣਾ ਸਾਹਿਬ ਕਿੱਥੇ, 5-10 ਕੋਠੀਆਂ ਕੱਲ੍ਹ ਲੈ ਲਈਆਂ। ਮੈਂ ਕਿਹਾ ਜਿਹਨੂੰ ਜਿਹਨੂੰ ਗਰੀਬ ਨੂੰ ਚਾਹੀਦਾ ਆ ਕੇ ਲੈ ਲਓ, ਪੈਸੇ ਬਹੁਤ ਚੰਗੇ ਦਿਨ ਇੰਨੇ ਆ ਰਹੇ ਨੇ। ਬਸ ਕਰੋ, ਧਰਮਰਾਜ ਨੂੰ ਦੰਦਲ ਪੈ ਗਈ ਹੋਣੀ ਆ।
ਜੱਜ ਦਾ ਵਿਚਾਰ। ਹਰਮਨ ਜੀ, ਜਿਹੜੀ ਠੰਡ ਆ ਨਾ ਜੀ, ਉਹ ਅੱਤ ਕਰਾਈ ਜਾਂਦੀ ਆ। ਬਿਲਕੁਲ, ਮੈਂ ਤਾਂ ਪਹਿਲਾਂ ਵੀ ਕਿਹਾ, ਮੈਂ ਵੀ ਕਿਹਾ। ਹਾਂ, ਹਰਿਆਣੇ ਦੇ ਵਿੱਚ ਇੱਕ ਕਸਬਾ ਮਹਿੰਦਰਗੜ੍ਹ ਜੀ, ਉੱਥੋਂ ਨਾ ਸੰਤ ਲਾਲ ਨਾਂ ਦਾ ਇੱਕ ਵਿਅਕਤੀ ਆ, ਇੱਕ ਬੰਦਾ 60 ਵਰਿਆਂ ਦੀ ਉਮਰ ਆ, 21ਵੇਂ ਵਰ੍ਹੇ ਦੇ ਵਿੱਚ ਇਹਦੇ ਵਿਆਹ ਹੋ ਗਿਆ ਤੇ 4 ਇਹਦੇ ਮੁੰਡੇ ਆ। ਇਹਦਾ ਸਰੀਰ ਆ ਨਾ ਜਿਹੜਾ, ਉਹ ਮੌਸਮ ਦੇ ਉਲਟ ਚੱਲਦਾ। ਮਤਲਬ ਸਰੀਰ ਬਿਲਕੁਲ ਉਲਟ ਦਿਸ਼ਾ ਦੇ ਵੱਲ ਚੱਲਦਾ। ਜਦੋਂ ਠੰਡ ਹੁੰਦੀ ਆ ਉਦੋਂ ਇਹ ਬਰਫ਼ ਦੇ ਉੱਤੇ ਸੌਂਦਾ, ਜਦੋਂ ਗਰਮੀ ਲੋੜਿਆਂ ਦੀ ਹੁੰਦੀ ਆ ਲੋਕ ਏਸੀ ਚਲਾ ਚਲਾ ਕੇ ਸੌਂਦੇ ਆ, ਜਦੋਂ ਲੋਕ ਠੰਡੀਆਂ ਚੀਜ਼ਾਂ ਖਾਂਦੇ ਆ, ਇਹ ਉਦੋਂ ਆਪਣੇ ਮਫਲਰ ਨੂੰ ਨਹੀਂ ਛੱਡਦਾ, ਉਦੋਂ ਇਹ ਕੋਟੀਆਂ ਸਵੈਟਰ ਪਾ ਕੇ ਤੁਰਦਾ, ਉੱਤੇ ਖੇਸੀ ਦੀ ਬੁੱਕਲ ਮਾਰ ਕੇ ਰੱਖਦਾ ਤੇ ਇਹ ਫਿਰ ਧੂਣੀ ਸੇਕਦਾ। ਸੱਚੀ? ਬਿਲਕੁਲ, ਮੈਂ ਤਸਵੀਰਾਂ ਦੇਖੀਆਂ ਜਿਹਦੀਆਂ, ਤੇ ਡਾਕਟਰ ਵੀ ਇਸ ਗੱਲ ਦੇ ਉੱਤੇ ਹੈਰਾਨ ਆ ਤੇ ਕਹਿੰਦੇ ਆ ਵੀ ਇਸ ਗੱਲ ਦੇ ਉੱਤੇ ਖੋਜ ਹੋਣੀ ਚਾਹੀਦੀ ਆ ਵੀ ਕਿਸੇ ਮਨੁੱਖ ਦਾ ਸਰੀਰ ਏਦਾਂ ਵੀ ਹੋ ਸਕਦਾ ਕਿ ਭਾਈ ਉਹ ਮੌਸਮ ਦੇ ਉਲਟ ਜਾਵੇ। ਦੇਖੋ ਟਾਣਾ ਸਾਹਿਬ, ਅਸਲ ਦੇ ਵਿੱਚ ਨਾ ਗੱਲ ਇਹ ਹੈ ਵੀ ਇਹ ਤੁਹਾਡੀਆਂ ਆਦਤਾਂ ਹੁੰਦੀਆਂ, ਜਿਵੇਂ ਤੁਸੀਂ ਆਪਣੇ ਸਰੀਰ ਨੂੰ ਪਕਾ ਲਓ। ਬਹੁਤ ਸਾਰੇ ਲੋਕ ਇਹੋ ਜਿਹੇ ਨੇ, ਹੁਣ ਕੱਲ ਮੈਂ ਇੱਕ ਭਾਈ ਸਾਹਿਬ ਨੂੰ ਵੇਖਿਆ, ਉਹਨਾਂ ਨੇ ਅੱਧੀਆਂ ਬਾਹਾਂ ਦੀ ਕਮੀਜ਼ ਸਿਰਫ ਪਾਈ ਹੋਈ ਸੀਗੀ, ਜਦਕਿ ਕੱਲ ਦਾ ਦਿਨ ਬਹੁਤ ਜ਼ਿਆਦਾ ਠੰਡਾ ਸੀ, ਹੈ ਨਾ। ਤੇ ਮੈਂ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਮੈਂ ਠੰਡ ਮਹਿਸੂਸ ਨਹੀਂ ਕਰਦਾ, ਮੈਂ ਕਦੇ ਮਹਿਸੂਸ ਨਹੀਂ ਕੀਤੀ ਵੀ ਠੰਡ ਆ। ਮੈਂ ਆਪਣੀ ਰਿਸ਼ਤੇਦਾਰੀ 'ਚ ਬੜੇ ਲੋਕ ਵੇਖੇ ਜਿਹੜੇ ਜਰਾਬਾਂ ਨਹੀਂ ਪਾਉਂਦੇ, ਚਾਹੇ ਜਿੰਨੀ ਮਰਜ਼ੀ ਠੰਡ ਹੋ ਜਾਵੇ ਉਹਨਾਂ ਨੇ ਸਵੈਟਰ ਤੇ ਜਰਾਬਾਂ ਨਹੀਂ ਪਾਉਣੀਆਂ, ਪਾਉਣੀਆਂ ਬਾਹਾਂ ਦੀ ਕਮੀਜ਼ ਪਾ ਲੈਣਗੇ, ਪੂਰੀ ਬਾਹਾਂ ਦੀ ਕਮੀਜ਼ ਪਾ ਲੈਣਗੇ, ਪਰ ਸਵੈਟਰ ਤੇ ਜਰਾਬਾਂ ਨਹੀਂ ਪਾਉਣਗੇ। ਸੋ ਜਿਵੇਂ ਤੁਸੀਂ ਸਰੀਰ ਨੂੰ ਢਾਲ ਲਓ, ਜਿਵੇਂ ਆਪਣੇ ਆਪ ਨੂੰ ਬਣਾ ਲਓ। ਤੁਹਾਡਾ ਕੋਈ ਰਿਸ਼ਤੇਦਾਰ ਬਰਫ਼ ਦੇ ਉੱਤੇ ਸੌਂਦਾ ਨਹੀਂ ਨਾ ਹੋਣਾ? ਨਹੀਂ ਸੌਂਦਾ ਨਹੀਂ। ਹਾਂ, ਉਹ ਤਾਂ ਚਲੋ ਅੱਧੀ ਬਾਹ ਨਹੀਂ, ਤੁਸੀਂ ਮੈਨੂੰ ਕਹਿੰਦੇ ਵੀ ਅੱਜ ਜੈਕਟ ਕਿਉਂ ਨਹੀਂ ਪਾਈ, ਮੈਂ ਕਿਹਾ ਵੀ ਚਲੋ ਅੱਜ ਮੈਂ ਆ ਪਾ ਲਈ, ਮੈਂ ਪੈਂਟ ਵੀ ਪਾਈ ਆ, ਮੈਂ ਥੱਲੇ ਝੱਗਾ ਵੀ ਪਾਇਆ, ਬਨੈਣ ਵੀ ਪਾਈ ਆ, ਸਭ ਕੁਝ ਪਾਇਆ, ਪਰ ਗੱਲ ਇਹ ਆ ਵੀ ਮੈਂ ਬਰਫ਼ ਦੇ ਉੱਤੇ ਥੋੜੀ ਸੌਂ ਸਕਦਾ। ਉਹ ਬੰਦਾ ਬਰਫ਼ ਦੇ ਉੱਤੇ ਸੌਂਦਾ ਤੇ ਬਰਫ਼ ਖਾਂਦਾ ਵੀ ਆ ਇਹਨਾਂ ਦਿਨਾਂ ਦੇ ਵਿੱਚ, ਪਤਾ ਨੀ ਕੀ ਨੁਕਸ ਹੋਊਗਾ। ਨੁਕਸ ਨੀ, ਉਹ ਕਹਿੰਦੇ ਵੀ ਇਹ ਇੱਕ ਡਾਕਟਰੀ ਖੋਜ ਦਾ ਵਿਸ਼ਾ, ਪਰ ਦਿਮਾਗੀ ਤੌਰ ਦੇ ਉੱਤੇ ਬਿਲਕੁਲ ਠੀਕ ਆ। ਨਹੀਂ ਦੇਖੋ, ਆਪਾਂ ਕਦੋਂ ਕਹਿੰਦੇ ਦਿਮਾਗੀ ਤੌਰ ਦੇ ਉੱਪਰ ਕੋਈ ਸਮੱਸਿਆ ਹੋਊਗੀ, ਪਰ ਉਹ ਸਰੀਰ ਦਾ ਜਿਹੜਾ ਕਲੋਕ ਹੁੰਦਾ, ਜਿਹੜਾ ਆਪਣੇ ਬੋਡੀ ਕਲੋਕ ਹੁੰਦੀ ਆ, ਉਹ ਉਹਦੇ ਵਿੱਚ ਕੋਈ ਨਾ ਕੋਈ ਹਿੱਸਾ ਦਾ ਗੜਬੜੀ ਹੋਵੇ ਜਾਂ ਉਹਦੇ ਕਰਕੇ ਇਦਾਂ ਉਹਨੂੰ ਢਾਲਿਆ ਇਦਾਂ ਗਿਆ ਉਹਨੂੰ। ਉਹ ਕਹਿੰਦਾ ਕਿ ਮੈਂ ਕਦੇ ਬਿਮਾਰ ਨਹੀਂ ਹੋਇਆ, 60 ਵਰਿਆਂ ਦੇ ਵਿੱਚ ਮੈਂ 1 ਵਾਰ ਵੀ ਬਿਮਾਰ ਨਹੀਂ ਹੋਇਆ, ਤੇ ਜੇ ਮੈਂ ਬਰਫ਼ ਨਾ ਖਾਵਾਂ ਪੋਹ ਮਾਘ ਦੇ ਦਿਨਾਂ ਦੇ ਵਿੱਚ, ਜੇ ਮੈਂ ਬਰਫ਼ ਦੇ ਉੱਤੇ ਨਾ ਸੌਵਾਂ ਆਪਦੇ ਲੀੜੇ ਲਾ ਕੇ, ਤੇ ਫਿਰ ਕਹਿੰਦਾ ਮੈਨੂੰ ਨਾ ਅਚਵੀ ਜੀ ਲੱਗ ਜਾਂਦੀ ਹੈ, ਮੈਨੂੰ ਕਾਹਲ ਜੀ ਪੈਣ ਲੱਗ ਜਾਂਦੀ ਹੈ। ਬਿਲਕੁਲ, ਮੈਨੂੰ ਇਉਂ ਲੱਗਦਾ ਵੀ ਹੁਣ ਜਦੋਂ ਆਪਾਂ ਕਿਸੇ ਦੇ ਘਰੇ ਜਾਂਦੇ ਹਾਂ, ਜਾਂਦੇ ਹੋਏ ਕੇਲੇ ਲੈ ਜਾਂਦੇ ਹਾਂ, ਸੇਬ ਲੈ ਜਾਂਦੇ ਹਾਂ, ਚਲੋ ਮੂੰਗਫਲੀ ਲੈ ਜਾਂਦੇ ਹਾਂ, ਇਹਨਾਂ ਦੇ ਘਰੇ ਆਉਂਦੇ ਹੋਏ ਕਹਿੰਦੇ ਹੁਣ ਕਿ ਚਲੋ ਐਂ ਕਰੋ 5 ਕਿਲੋ ਬਰਫੀ ਲੈ ਚਲੋ, ਬਜ਼ੁਰਗਾਂ ਨੇ ਸੌਣਾ ਵੀ ਆ। ਸੱਚੀ ਗੱਲ ਆ, ਹਨਾ, ਇਹੀ ਹੋਊਗਾ। ਗਰਮੀਆਂ ਦੇ ਵਿੱਚ ਜਾਣ ਵੇਲੇ ਕਹਿੰਦੇ ਹੋਣੇ ਆ, ਚਲੋ ਜੀ ਭਾਈ, ਇਹਨਾਂ ਨੂੰ ਆਈਸਕ੍ਰੀਮ ਨਹੀਂ, ਇਹਨਾਂ ਨੂੰ ਗਰਮ ਤਾਸੀਰ ਵਾਲੀ ਚੀਜ਼ ਦਿਓ ਤਾਂ ਜੋ ਠੀਕ ਰਹਿਣ। ਬਿਲਕੁਲ ਸਹੀ। ਹਾਂ, ਸੰਤ ਲਾਲ ਜੀ, ਤੁਸੀਂ ਵੈਸੇ ਹੈਗੇ ਕਮਾਲ ਹੀ ਹੋ, ਤੇ ਡਾਕਟਰੋ ਵੀ ਬੇਨਤੀ ਤੁਹਾਨੂੰ ਇਹ ਆ ਵੀ ਤੁਸੀਂ ਖੋਜ ਕਰੋ, ਪੜਤਾਲ ਕਰੋ, ਕੋਈ ਨਵੀਂ ਗੱਲ ਨਿਕਲ ਕੇ ਸਾਹਮਣੇ ਆਵੇ ਤੇ ਫਿਰ ਆਪਾਂ ਇੱਥੇ ਸਾਂਝੀ ਕਰੀਏ ਉਹ। ਜੀ ਕਹਿਣਾ ਸਾਹਿਬ, ਸੋਸ਼ਲ ਮੀਡੀਆ ਤੇ ਮੈਂ ਕੁਝ ਇੱਕ ਤਸਵੀਰਾਂ ਵੇਖੀਆਂ, ਉਹਦੇ 'ਚ ਇੱਕ ਮੁੰਡਾ ਇੱਕ ਕੁੜੀ ਖੜੇ ਨੇ ਤੇ ਪਿੱਛੇ ਕੁਝ ਪੁਲਿਸ ਵਾਲੇ ਖੜੇ ਨੇ ਤੇ ਇੱਕ ਦੂਜੇ ਦੇ ਗਲ ਦੇ ਵਿੱਚ ਉਹ ਵਰਮਾਲਾ ਪਾ ਰਹੇ ਨੇ, ਕਹਿੰਦੇ ਥਾਣੇ ਦੇ ਵਿੱਚ ਵਿਆਹ ਹੋਇਆ। ਦੇਖੋ, ਪਹਿਲਾਂ ਤਾਂ ਇਉਂ ਲੱਗਾ ਇਸ ਖਬਰ ਨੂੰ ਪੜ੍ਹ ਕੇ ਵੀ ਬਹੁਤ ਹੀ ਅਲੋਕਾਰੀ ਗੱਲ ਹੋ ਗਈ। ਸਾਡੀ ਪੁਲਿਸ ਆ ਜਿਹੜੀ ਉਹ ਤਾਂ ਪਟਾ ਫੇਰਨ ਦੇ ਵਿੱਚ ਯਕੀਨ ਰੱਖਦੀ ਹੈ। ਬਿਲਕੁਲ, ਸਾਡੀ ਪੁਲਿਸ ਆ ਜਿਹੜੀ ਉਹ ਜਦੋਂ ਵਿਗੜ ਜਾਂਦਾ ਮਸਲਾ, ਮੀਆਂ ਬੀਬੀ ਲੜ ਪੈਂਦੇ ਆ, ਉਸ ਵਕਤ ਵਿਚਾਲੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰਦੀ ਆ, ਜਾਂ ਫਿਰ ਇਹ ਗੱਲ ਕਹਿ ਦਿੰਦੀ ਆ ਵੀ ਭਾਈ ਇਹ ਦੋਵਾਂ ਦੀ ਬਣ ਨਹੀਂ ਸਕਦੀ ਗੀ ਤੇ ਕਾਨੂੰਨ ਆਪਣੀ ਕਾਰਵਾਈ ਕਰ ਲਵੇ, ਤੇ ਕਿਉਂਕਿ ਹੁਣ ਤਾਂ ਥਾਂ ਥਾਂ ਤੇ ਮਹਿਲਾ ਥਾਣੇ ਵੀ ਬਣੇ ਹੋਏ ਆ। ਪਰ ਇੱਥੇ ਧੂਰੀ ਦੇ ਵੱਲੋਂ ਜਿਹੜੀ ਖਬਰ ਆਈ ਆ ਉਹ ਸੱਚੀ ਮੁੱਚੀ ਹੈਰਾਨ ਕਰਦੀ ਆ। ਇੱਥੇ ਇੱਕ ਮੁੰਡੇ ਕੁੜੀ ਦੀ ਮਿੱਤਰਤਾ ਚੱਲਦੀ ਪਿਛਲੇ 3 ਵਰਿਆਂ ਤੋਂ, ਫੇਸਬੁੱਕ ਨੇ ਪਿਆਰ ਦੀ ਤੰਦ ਆ ਜਿਹੜੀ ਉਹਨੂੰ ਅੱਗੇ ਤੋਂ ਅੱਗੇ ਵਧਾਇਆ, ਫਿਰ ਦੋਵਾਂ ਨੇ ਮਰਨ ਤੇ ਇਕੱਠੇ ਜਿਉਣ ਦੇ ਜਿਹੜੇ ਆ ਉਹ ਇਕਰਾਰ ਕਰ ਲਏ। ਲਓ ਜੀ, ਇੱਕ ਦਿਨ ਕੁੜੀ ਦਾ ਸਿਰ ਦੁਖਦਾ ਸੀ ਜਾਂ ਉਹਨੂੰ ਕੋਈ ਵੀ ਹੋਰ ਸਮੱਸਿਆ ਆ ਗਈ, ਉਹ ਆਪਣੇ ਇਸ ਮਿੱਤਰ ਦੇ ਨਾਲ ਜਿਹਨੂੰ ਉਹ ਆਪਦੇ ਸਿਰ ਦਾ ਸਾਈਂ ਮੰਨ ਬੈਠੀ, ਉਹ ਉਹਦੇ ਨਾਲ ਚਲੀ ਗਈ, ਉਹ ਦਵਾਈ ਦਵਾਉਣ ਚਲਾ ਗਿਆ। ਜਦੋਂ ਉਹ ਘਰੇ ਵਾਪਸ ਛੱਡਣ ਗਿਆ ਤਾਂ ਉਸ ਵਕਤ ਘਰਦਿਆਂ ਨੇ ਕੁੜੀ ਨੂੰ ਘਰ ਨਹੀਂ ਵਾੜਿਆ, ਜੋ ਕਿ ਖਬਰਾਂ ਦੇ ਮੁਤਾਬਕ ਆ। ਫਿਰ ਉਹ ਦੋਵੇਂ ਜਾਣੇ ਪੁਲਿਸ ਕੋਲੇ ਚਲੇ ਗਏ ਵੀ ਭਾਈ ਅਸੀਂ ਬਾਲਗ ਆ, ਅਸੀਂ ਵਿਆਹ ਕਰਵਾਉਣਾ ਚਾਹੁੰਦੇ ਹਾਂ, ਮਾਪੇ ਸਾਡੀ ਵਿਰੋਧ ਤਾਂ ਕਰਦੇ, ਕੁੜੀ ਨੂੰ ਹੁਣ ਘਰੇ ਨਹੀਂ ਵਾੜਦੇ। ਪੁਲਿਸ ਨੇ ਨਾਲੇ ਤਾਂ ਕੁੜੀ ਵਾਲੇ ਬੁਲਾਏ, ਨਾਲੇ ਮੁੰਡੇ ਦੇ ਮਾਪੇ ਬੁਲਾਏ, ਉੱਥੇ ਬੈਠ ਕੇ ਸਮਝਾਇਆ, ਫਿਰ ਕਹਿੰਦੇ ਵੀ ਉੱਥੇ ਹੀ ਵਰਵਾਲਾ ਪਾ ਕੇ ਤੇ ਦੋਵਾਂ ਦਾ ਵਿਆਹ ਕਰਵਾਤਾ। ਉਸ ਤੋਂ ਬਾਅਦ ਦੋਨੋਂ ਪਰਿਵਾਰ ਜਿਹੜੇ ਇਕੱਠੇ ਹੋ ਕੇ ਤੇ ਗੁਰਦੁਆਰੇ ਦੇ ਵਿੱਚ ਗਏ ਆ, ਉੱਥੇ ਲਾਵਾਂ ਹੋਈਆਂ, ਉੱਥੇ ਜੋ ਜੋ ਰਸਮਾਂ ਦੇ ਮੁਤਾਬਕ ਵਿਆਹ ਕਰਨਾ ਸੀ ਉਹ ਸਾਰਾ ਕੁਝ ਹੋਇਆ ਤੇ ਹੁਣ ਇਹਨਾਂ ਦਾ ਘਰ ਵਸਦਾ ਹੋ ਗਿਆ। ਹੈ? ਹਾਂਜੀ, ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਤਰੀਕਾ ਕੀ ਹੋਇਆ, ਹਨਾ, ਵੀ ਅਸੀਂ
ਪਤਾ ਨਹੀਂ, ਹੋ ਸਕਦਾ ਬਹੁਤਿਆਂ ਨੂੰ ਇਹ ਤਰੀਕਾ ਜਿਹੜਾ ਆ ਉਹ ਸਮਝ ਚ ਆਇਆ ਹੋਵੇ, ਜਾਂ ਬਹੁਤੇ ਕੁਝ ਹੱਕ ਚ ਹੋਣਗੇ, ਕੁਝ ਖਿਲਾਫ ਹੋਣਗੇ, ਪਰ ਅਸੀਂ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਸੋਚ ਵਿਚਾਰ ਨਹੀਂ ਕਰਦੇ ਨਾ ਵੀ ਉਹਦਾ ਕੀ ਸਿੱਟਾ ਹੋਊਗਾ। ਸ਼ਾਇਦ ਪੁਲਿਸ ਦੇ ਮਨ ਦੇ ਵਿੱਚ ਇਹ ਗੱਲ ਹੋਵੇ ਵੀ ਮੁੰਡੇ ਕੁੜੀ ਦੀ ਆਪਸ ਦੇ ਵਿੱਚ ਗੱਲਬਾਤ ਆ, ਕਿਤੇ ਕੱਲ ਨੂੰ ਜਿਵੇਂ ਅਣਖ ਦੀ ਖਾਤਰ ਆ ਹੋ ਜਾਂਦਾ ਉਹ ਹੋ ਜਾਂਦਾ, ਇਹੋ ਜਿਹੀ ਘਟਨਾ ਨਾ ਵਾਪਰੇ, ਦੋਵਾਂ ਦੇ ਟੱਬਰਾਂ ਨੂੰ ਮਿਲਾ ਕੇ ਸਮਝਾਈਏ। ਨਹੀਂ ਨਹੀਂ, ਪੁਲਿਸ ਨੇ ਤਾਂ ਆਪਣਾ ਰੋਲ ਅਦਾ ਕੀਤਾ, ਕਿਉਂਕਿ ਹੁਣ ਜੇ ਦੇਖਿਆ ਜਾਏ ਤਾਂ ਭਾਰਤ ਦਾ ਕਾਨੂੰਨ ਵੀ ਤਾਂ ਇਹ ਕਹਿੰਦਾ ਵੀ ਜੇ ਤੁਸੀਂ ਬਾਲਗ ਹੋ ਤਾਂ ਤੁਸੀਂ ਵਿਆਹ ਕਰਾ ਸਕਦੇ ਹੋ, ਤਾਂ ਤੁਹਾਨੂੰ ਕਾਨੂੰਨ ਪੂਰੀ ਸਹਾਇਤਾ ਕਰੂਗਾ, ਹਨਾ। ਪੁਲਿਸ ਨੇ ਤਾਂ ਆਪਣਾ ਕੰਮ ਜਿਹੜਾ ਕੀਤਾ, ਪਰ ਮੈਨੂੰ ਤਾਂ ਕੁੜੀ ਮੁੰਡੇ ਦੇ ਉੱਪਰ ਆਉਂਦਾ ਵੀ ਤੁਸੀਂ ਘਰੋਂ ਬਿਨਾਂ ਦੱਸੇ ਹੁਣ ਘਰ ਦੇ ਵਿੱਚ ਹੋਰ ਕੋਈ ਵੀ ਦਵਾਈ ਦਵਾ ਕੇ ਲਿਆ ਸਕਦਾ ਸੀ, ਤੁਸੀਂ ਘਰ ਤੋਂ ਏਦਾਂ ਹੀ ਬਿਨਾਂ ਸੋਚੇ ਸਮਝੇ ਪੈਰ ਪੱਟ ਲੈਂਦੇ ਹੋ, ਤੇ ਉਹਦਾ ਕਦੇ ਵੀ ਇਹ ਨਹੀਂ ਸੋਚਦੇ ਵੀ ਭਵਿੱਖ ਦੇ ਵਿੱਚ ਉਹਦਾ ਕੀ ਅਸਰ ਸਾਡੀਆਂ ਜ਼ਿੰਦਗੀਆਂ ਤੇ ਪੈਣਾ। ਇਹ ਤਾਂ ਚਲੋ ਫਿਰ ਵੀ ਥਾਣਾ ਜੀ, ਆ ਤੁਹਾਨੂੰ ਪਿਛਲੇ ਮਹੀਨਾ ਦੀਆਂ ਖਬਰਾਂ ਨਹੀਂ ਪਤਾ, ਨਾਭੇ ਦੀ ਜੇਲ੍ਹ ਦੇ ਵਿੱਚ ਦੋ ਵਿਆਹ ਹੋਏ ਆ, ਇੱਕ ਵਿਆਹ ਤੇ ਇੱਕ ਨਿਕਾਹ ਹੋਇਆ ਜੀ। ਇੱਥੇ ਜਿਹੜੇ ਬੰਦ ਹੈਗੇ ਗੈਂਗਸਟਰ ਉਹਨਾਂ ਦਾ ਵਿਆਹ ਹੋਇਆ, ਤੇ ਬਾਹਰੋਂ ਉਹਨਾਂ ਦਾ ਜਦੋਂ ਕੁਝ ਕੁ ਪਰਿਵਾਰ ਦੇ ਮੈਂਬਰ ਆ ਜਿਹੜੇ ਜੇਲ੍ਹ ਦੇ ਅੰਦਰ ਗਏ ਤੇ ਜੇਲ੍ਹ ਦੇ ਵਿੱਚ ਵਾਜੇ ਵੱਜੇ ਆ, ਜੇਲ੍ਹ ਦੇ ਵਿੱਚ ਜਿਹੜੇ ਅਧਿਕਾਰੀ ਕਰਮਚਾਰੀ ਉਹਨਾਂ ਨੇ ਲੱਡੂਆਂ ਦੇ ਡੱਬੇ ਵੰਡੇ ਆ, ਇੱਥੇ ਵੀ ਪੁਲਿਸ ਨੇ ਕਹਿੰਦੇ ਵੰਡੇ ਆ। ਸੋ ਸਾਡੀਆਂ ਜੇਲ੍ਹਾਂ ਜਿਹੜੀਆਂ ਉਹ ਅੱਜ ਕੱਲ੍ਹ ਵਿਆਹ ਵੀ ਕਰਵਾ ਰਹੀਆਂ, ਸਾਡੀ ਪੁਲਿਸ ਬਿਲਕੁਲ, ਸਾਡੀ ਪੁਲਿਸ ਆ ਜਿਹੜੀ ਉਹ ਅੱਜ ਕੱਲ੍ਹ ਵਿਆਹ ਵੀ ਕਰਵਾ ਰਹੀ ਆ, ਬੈਂਡ ਵਾਜੇ ਵੱਜ ਰਹੇ ਆ। ਚਲੋ ਇਹ ਤਾਂ ਮਨੁੱਖਤਾ ਦੀ ਸੇਵਾ, ਉਹ ਕਹਿੰਦੇ ਵੀ ਏਦਾਂ ਵੀ ਅਸੀਂ ਵੀ ਕਰਦੇ ਆ, ਕਿਸੇ ਦਾ ਘਰ ਵਸਦਾ ਹੋ ਜੂ ਸਾਡਾ ਕੀ ਆ। ਬਿਲਕੁਲ ਸਹੀ ਗੱਲ ਹੈ, ਨਾਲੇ ਉੱਤੇ ਲਿਖਿਆ ਨਾ ਥਾਣਿਆਂ ਦੇ ਕਿ ਇਹ ਜਿਹੜੇ ਥਾਣਾ, ਇਹ ਜਿਹੜੀ ਚੌਂਕੀ ਆ ਜਾਂ ਜਿਹੜੀ ਇਹ ਪੁਲਿਸ ਆ, ਇਹ ਲੋਕਾਂ ਦੀ ਜਾਨ ਤੇ ਮਾਲ ਦੀ ਹਿਫਾਜ਼ਤ ਵਾਸਤੇ ਵਚਨਬੱਧ ਹੈ। ਹਾਂ ਹੈ। ਤੇ ਫਿਰ ਉਹ ਕਹਿੰਦੇ ਵੀ ਮੁੰਡਾ ਇਹਨੂੰ ਜਾਨ ਮੰਨੀ ਬੈਠਾ ਤੇ ਅਸੀਂ ਦੀ ਹਿਫਾਜ਼ਤ ਕਰਤੀ। ਵਾਹ ਵਾਹ, ਕੀ ਸਿੱਟਾ ਕੱਢਿਆ ਹੈ। ਜਾਨ ਤੋਂ ਪਿਆਰਿਆ ਵੀ ਜਾਨ ਕੱਢ ਕੇ ਕੀ ਗਾਣਾ ਸੀਗਾ? ਕੀ ਜਾਨ ਤੋਂ ਪਿਆਰਿਆ? ਜਾਨ ਕੱਢ ਕੇ ਨਹੀਂ, ਜਾਨ ਤੋਂ ਪਿਆਰਿਆ ਵੇ ਮੁੱਖ ਮੋੜ ਕੇ, ਵੇਖੀ ਚਲਾ ਜਾਈ ਨਾ ਤੂੰ ਦਿਲ ਤੋੜ ਕੇ। ਜੇ ਮੈਨੂੰ ਜਾਨ ਜਾਣ ਕੇ ਕਿ ਤੂੰ ਤਾਂ ਜਾਨ ਕੱਢ ਲਈ, ਉਹ ਤੇਰੀ ਇਦਾਂ ਦੇ ਗਾਣੇ ਵੀ ਸੀਗੇ ਜਦੋਂ ਮੈਨੂੰ ਪਿਆਰ ਨਾ। ਤੁਸੀਂ ਨਾ ਇੱਥੇ ਮੌਕਾ ਮਿਲੇ ਮਾੜਾ ਜਿਹਾ ਤੁਹਾਨੂੰ, ਤੁਸੀਂ ਤਾਂ ਅੰਤਾਕਸ਼ਰੀ ਖੇਡਣ ਲੱਗ ਜਾਂਦੇ ਆ। ਚਲੋ ਵੀ ਭਾਈ ਜਿਹੜਾ ਜਿੱਥੇ ਰਹਿ ਜਾਂਦਾ ਜਾਨ ਤੋਂ ਪਿਆਰਿਆ ਵੇ ਜਾਨ ਕੱਢ ਕੇ, ਤੇ ਐਂ ਹੁੰਦਾ ਵੀਰੇ ਜਾਨ ਤੋਂ ਪਿਆਰਿਆ ਵੀ ਜਾਨ ਕੱਢ ਕੇ ਹੁੰਦਾ। ਇੱਕ ਵਾਰੀ ਇੱਕ ਬੰਦਾ ਗਿਆ ਇੱਕ ਬਾਬੇ ਕੋਲੇ, ਬੂਬਣੇ ਕੋਲੇ, ਉਹਨੂੰ ਜਾ ਕੇ ਕਹਿੰਦਾ ਵੀ ਮੇਰੀ ਘਰਵਾਲੀ ਮੈਨੂੰ ਕੁੱਟਦੀ ਬਹੁਤ ਆ, ਮੈਂ ਤੰਗ ਬਹੁਤ ਆ। ਅੱਛਾ। ਉਹ ਕਹਿੰਦਾ ਵੀ ਘਰਵਾਲੀ ਨੂੰ ਨਾਲ ਲੈ ਕੇ ਆਇਆ? ਕਹਿੰਦਾ ਨਾ। ਕਹਿੰਦਾ ਆਖਰੀ ਵਾਰ ਕਦੋਂ ਪਈਆਂ? ਕਹਿੰਦਾ ਰਾਤ ਹੀ। ਕਹਿੰਦਾ ਗੱਲ ਕਰ ਆਪਦੀ, ਮੈਂ ਦੇਖਣੀ ਆ। ਉਹ ਕਹਿੰਦਾ ਵੀ ਇਹਦੇ ਤੋਂ ਕੀ ਚੈੱਕ ਕਰਨਾ? ਕਹਿੰਦਾ ਉਹਦੀਆਂ ਰਖਾਵਾਂ। ਵਾਹ, ਹਾਈ ਟੈਕ। ਐਦਾਂ ਫਿਰ ਹੋ ਜਾਂਦੀ ਆ। ਹਾਂ, ਜੱਜ ਦਾ ਵਿਚਾਰ, ਗੱਲਾਂ ਬਾਤਾਂ ਦਾ ਤੇ ਖਬਰਾਂ ਦਾ ਪ੍ਰਵਾਹ ਅੱਗੇ ਤੋਂ ਅੱਗੇ ਵਧਾਉਣੇ ਆ ਜੀ, ਤੇ ਵਧਾਓ ਫਿਰ, ਤੇ ਇਹ ਤੁਹਾਡਾ ਆਪਣਾ ਹੈ, ਤੁਹਾਡੇ ਲਈ ਹੈ। ਇਹ ਤਾਂ ਆਪਾਂ ਅਖੀਰ ਚ ਕਹਿੰਦੇ ਹੁੰਨੇ ਆ, ਤੇ ਅਖੀਰ ਚ ਕਹਤਾ, ਪਹਿਲਾਂ ਕਹਤਾ, ਗੱਲ ਆਪਣੀ ਆ, ਘਰ ਦੇ ਮੈਂਬਰ ਆ, ਗੱਲ ਹੀ ਕੋਈ ਨਹੀਂ। ਨਹੀਂ ਤੇ ਫਿਰ ਪਿੱਛੋਂ ਪ੍ਰੋਗਰਾਮ ਸ਼ੁਰੂ ਕਰ ਲਿਆ ਕਰੋ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਕੱਲ ਨੂੰ ਫੇਰ ਮਿਲਾਂਗੇ। ਸਤਿ ਸ੍ਰੀ ਅਕਾਲ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ। ਦੇਖੋ ਜੀ, ਮੈਂ ਤਾਂ ਇੱਕ ਤੁਹਾਨੂੰ ਜਾਣਕਾਰੀ ਦਿੰਨਾ, ਆਉਣ ਦਿਓ ਬਈ, ਅੱਜ ਕੱਲ ਪੰਜਾਬ ਦੀ ਪੁਲਿਸ ਚਲਾਨ ਬਹੁਤ ਘਟਦੀ ਆ। ਉਹ ਤੁਸੀਂ ਗੱਲ ਕਿੱਦਾਂ ਬਦਲ ਗਏ? ਚਲਾਨ ਇੰਨੇ ਘਟਦੀ ਆ ਵੀ ਪੁੱਛੋ ਕੁਛ ਨਾ। ਇੱਕ ਤਾਂ ਤੁਹਾਡਾ ਵੀ ਬਣਦਾ, 12 ਲੱਖ ਰੁਪਏ ਦੇ ਵਿੱਚ ਇੱਕ ਦਿਨ ਦੇ ਵਿੱਚ ਕਮਾਈ ਕਰ ਲੈਂਦੀ ਆ। ਪੰਜਾਬ ਦੀ ਸਰਕਾਰ ਨੂੰ ਤਾਂ ਹੁਣ ਚਲਾਨਾਂ ਦਾ ਸਹਾਰਾ। ਸੱਚੀ ਗੱਲ, ਹੁਣ ਤਾਂ ਕਹਿੰਦੇ ਵੀ ਜਦੋਂ ਪੁਲਿਸ ਵਾਲੇ ਖੜੇ ਹੋਣ, ਤੁਹਾਡੇ ਹੈਲਮਟ ਨਹੀਂ ਲਿਆ, ਜੇ ਤੁਹਾਡੇ ਸੀਟ ਬੈਲਟ ਨਹੀਂ ਲੱਗੀ, ਜੇ ਤੁਹਾਡੇ ਕੋਈ ਨੰਬਰ ਪਲੇਟ ਆ ਜਿਹੜੀ ਉਹ ਠੀਕ ਨਹੀਂ ਹੈਗੀ, ਜੇਕਰ ਤੁਹਾਡੇ ਵਿੱਚ ਕੋਈ ਵੀ ਹੋਰ ਕਮੀ ਪੇਸ਼ੀ, ਤੁਸੀਂ ਓਵਰ ਸਪੀਡ ਜਾਂਦੇ ਹੋ, ਬੜੀ ਤੇਜ਼ ਗਤੀ ਦੇ ਵਿੱਚ ਜਾਂਦੇ ਹੋ, ਤਾਂ ਫਿਰ ਜੇ ਤੁਹਾਨੂੰ ਪੁਲਿਸ ਵਾਲੇ ਰੋਕਦੇ ਆ, ਚਲਾਨ ਕਟਾ ਲਓ ਆਪੀ, ਬੇਨਤੀ ਕਰੋ ਮੇਰਾ ਕੱਟ ਦਿਓ। ਕਿਉਂ? ਆਖਰ ਆਪਾਂ ਪੰਜਾਬ ਨੂੰ ਚਲਾਉਣਾ, ਪੰਜਾਬ ਦੇ ਕੋਲੇ ਕਮਾਈ ਦੇ ਸਾਧਨ ਹੋਰ ਹੈ ਵੀ ਕਿੰਨੇ? ਬਸ ਇਹ ਠੀਕ ਆ। ਨਾਲ ਦੀ ਨਾਲ ਇਹ ਵੀ ਸੋਚੀ ਚੱਲੋ ਕਿ ਜੋ ਮੈਂ ਇਸ ਵਕਤ ਚਲਾਨ ਘਟਾ ਰਿਹਾ, ਪੰਜਾਬ ਦੇ ਕਿਸੇ ਨਾ ਕਿਸੇ ਇਹ ਖਾਤੇ ਪੈ ਰਿਹਾ, ਇਹਦੇ ਨਾਲ ਵਿਕਾਸ ਹੋਣਾ ਸੀ, ਇਹ ਮਜਬੂਰੀ ਦੇ ਵਿੱਚ ਕੱਟਿਆ ਜਾ ਰਿਹਾ। ਜਿਹੜੇ ਲੋਕ ਇਨਕਮ ਟੈਕਸ ਭਰਦੇ ਨੇ ਨਾ, ਉਹ ਇਹੀ ਸੋਚ ਕੇ ਭਰਦੇ ਨੇ, ਪਰ ਉਹਨਾਂ ਨੂੰ ਇਨ ਰਿਟਰਨ ਕੀ ਮਿਲਦਾ? ਮੈਂ ਵੀ ਕੌਮਿਆਂ ਦੇ ਵਿੱਚ ਹੀ ਗੱਲ ਆਖੀ ਆ, ਤੇ ਬੰਦਾ ਇੱਥੇ ਟੈਕਸ ਭਰਦਾ ਭਰਦਾ ਕੋਮਾ ਚ ਚਲਾ ਜਾਂਦਾ। ਬਿਲਕੁਲ ਸਹੀ ਗੱਲ ਹੈ, ਬੰਦਾ ਕੁਛ ਵੀ ਨਹੀਂਗਾ ਜੀ। ਜੇਬਾਂ ਜਦੋਂ ਖਾਲੀ ਹੁੰਦੀਆਂ ਨੇ ਨਾ, ਸੜਕਾਂ ਤਾਂ ਉਹੀ ਹੈ, ਜਿਹੜੀਆਂ ਟੈਕਸ ਭਰਨ ਵਾਲੇ ਨੂੰ ਵੀ ਉਹੀ ਮਿਲਣੀਆਂ ਨੇ ਤੇ ਟੈਕਸ ਨਾ ਭਰਨ ਵਾਲੇ ਨੂੰ ਵੀ ਉਹੀ ਮਿਲਣੀਆਂ ਨੇ। 2018 ਦੇ ਵਿੱਚ 44 ਕਰੋੜ ਤੋਂ ਵੱਧ ਦੇ ਚਲਾਨ ਪੰਜਾਬ ਦੇ ਵਿੱਚ ਕੱਟੇ ਗਏ ਆ ਜੀ। ਹਰ ਰੋਜ਼ ਪੰਜਾਬ ਦੇ ਵਿੱਚ 3000 ਦੇ ਕਰੀਬ ਚਲਾਨ ਕੱਟੇ ਜਾਂਦੇ ਆ। ਮੈਂ ਦੱਸ ਦਿੰਦੀ ਪੜ ਕੇ, ਹਰ ਰੋਜ਼ ਜਿਹੜੇ ਆ ਭਾਵੁਕ ਬਹੁਤ ਛੇਤੀ ਹੋ ਜਾਂਦੇ, ਪਰ ਮੈਂ ਤੁਹਾਨੂੰ ਪੜ੍ਹ ਕੇ ਦੱਸਦੀ ਹਾਂ ਕਿ ਅਸਲ ਵਿੱਚ ਜਿਹੜੇ ਚਲਾਨ ਕੱਟਣ ਦੀ ਰੁੱਤ ਆ, ਇਹਦੇ ਵਿੱਚ ਮੰਨਿਆ ਜਾ ਰਿਹਾ ਵੀ ਹਰ ਰੋਜ਼ 12 ਲੱਖ ਦੀ ਕਮਾਈ ਹੋ ਰਹੀ ਹੈ, ਔਰ ਰੋਜ਼ 3000 ਚਲਾਨ ਜਿਹੜੇ ਕੱਟੇ ਜਾ ਰਹੇ ਨੇ। 2018 ਦੇ ਵਿੱਚ 44 ਕਰੋੜ 75 ਲੱਖ ਰੁਪਇਆ ਕਮਾਇਆ ਗਿਆ ਸੀ, ਔਰ 2019 ਦੇ ਵਿੱਚ ਹੁਣ ਤੱਕ 18 ਕਰੋੜ 60 ਲੱਖ ਰੁਪਇਆ ਕਮਾ ਲਿਆ। ਦੇਖੋ ਤੇ ਹਾਲੇ ਇਹ ਆ ਵਿਚਲੀ ਗੱਲ ਵੀ ਇਹ ਤਾਂ ਉਹ ਅੰਕੜੇ ਆ ਜਿਹੜੇ ਕਿ ਚਲਾਨ ਕੱਟੇ ਗਏ, ਜਿਹੜੇ ਕੱਟੇ ਕੱਟੇ ਜਾਂਦੇ ਰਹਿ ਜਾਂਦੇ ਆ ਕਈ ਕਾਰਨਾਂ ਦੇ ਕਰਕੇ, ਉਹ ਇਸ ਤੋਂ ਵੱਖਰੇ ਆ।
ਨਹੀਂ ਤਾਂ ਪੰਜਾਬ ਦੀਆਂ ਤਾਂ ਲਹਿਰਾਂ ਬਹਿਰਾਂ ਲੱਗ ਜਾਣੀਆਂ ਸੀ ਜੇ ਕਿਤੇ ਇੰਜ ਕਰਕੇ ਇੰਜ ਨਾ ਨਾ ਪਾਉਂਦੇ ਹੁੰਦੇ ਤੇ ਪੰਜਾਬ ਦਾ ਤਾਂ ਖਜ਼ਾਨਾ ਉੱਛਣ ਲੱਗ ਪੈਣਾ ਸੀ, ਪੰਜਾਬ ਦੇ ਖਜ਼ਾਨੇ ਨੂੰ ਦਿੱਕਤ ਹੀ ਕੋਈ ਨੀ ਆਉਣੀ ਸੀਗੀ। ਸੋ ਇਸ ਕਰਕੇ ਭਾਈ ਮਜਬੂਰੀਆਂ, ਇਹ ਕਈ ਗੱਲਾਂ ਦੇਖੋ, ਅਸੀਂ ਸਰਕਾਰ ਵੀ ਚਲਾਉਣੀ, ਅਸੀਂ ਪਰਿਵਾਰ ਵੀ ਚਲਾਉਣਾ, ਸਾਰਾ ਕੁਛ ਤਾਂ ਅਸੀਂ ਚਲਾਉਣਾ। ਜਿਹੜੇ ਸਰਕਾਰਾਂ ਚ ਬੈਠੇ ਹੋ ਕਮਰਿਆਂ ਚੋਂ ਬਾਹਰ ਨਹੀਂ ਆਉਂਦੇ, ਉਹ ਆਪਣੇ ਬੰਗਲਿਆਂ ਚੋਂ ਬਾਹਰ ਨਹੀਂ ਆਉਂਦੇ, ਉਹ ਗੱਡੀਆਂ ਚੋਂ ਬਾਹਰ ਨਹੀਂ ਆਉਂਦੇ, ਸਾਰਾ ਕੁਛ ਤਾਂ ਅਸੀਂ ਚਲਾਉਣਾ। ਕਦੀ ਉਹ ਮਤਲਬ ਮਿਲਦੇ ਨਹੀਂ, ਕਦੀ ਉਹਨਾਂ ਨਾਲ ਆਪਣੇ ਬੰਦੇ ਗੁੱਸੇ ਹੋ ਜਾਂਦੇ ਆ, ਕਦੀ ਉਹਨਾਂ ਨਾਲ ਆਮ ਲੋਕ ਗੁੱਸੇ ਹੋ ਜਾਂਦੇ ਆ, ਕਦੀ ਉਹ ਕਹਿੰਦੇ ਸਾਡਾ ਮੁੰਡਾ ਤਾਂ ਐਂ ਕਰੂ ਫਿਰ, ਹਨਾ, ਤੇ ਉਹ ਤਾਂ ਉਹੀ ਕਰੀ ਜਾਂਦੇ, ਚਲਾਉਣਾ ਤਾਂ ਅਸੀਂ। ਪੁਲਿਸ ਵਾਲਾ ਮਿੱਤਰ ਆ, ਉਹਨੇ ਮੈਨੂੰ ਇੱਕ ਬੜੀਆਂ ਹੈਰਾਨੀਜਨਕ ਗੱਲਾਂ ਦੱਸੀਆਂ। ਅੱਛਾ ਜੀ। ਉਹ ਕਹਿੰਦਾ ਵੀ ਅਸਲ ਦੇ ਵਿੱਚ ਨਾ ਅਸੀਂ ਤੰਗ ਬਹੁਤ ਹੁੰਦੇ ਆ ਤੇ ਸਾਡੇ ਕੋਲੇ ਛੁੱਟੀ ਕੋਈ ਨਹੀਂ ਹੁੰਦੀ ਜਾਂ ਛੁੱਟੀ ਬਹੁਤ ਘੱਟ ਸਾਨੂੰ ਮਿਲਦੀ ਆ, ਅਸੀਂ ਐਂ ਇੱਕ ਦੂਜੇ ਦੇ ਨਾਲ ਆ ਜਿਹੜਾ ਵੀ ਤੂੰ ਮੇਰੀ ਥਾਂ ਤੇ ਖੜ ਜਾ, ਮੈਂ ਤੇਰੀ ਥਾਂ ਦੇ ਉੱਤੇ ਖੜ ਜਾ, ਕਈ ਵਾਰੀ ਤਾਂ ਸਾਨੂੰ ਸਾਰਨਾ ਪੈਂਦਾ। ਹਾਂਜੀ। ਕਹਿੰਦਾ ਬਈ ਜਦੋਂ ਅਸੀਂ ਪੈਸੇ ਲੈਣੇ ਹੁੰਦੇ, ਉਹ ਕਹਿੰਦਾ ਵੀ ਮੈਂ ਤਾਂ ਨਹੀਂ ਲੈਂਦਾ, ਉਹਦੇ ਕਹਿਣ ਮੁਤਾਬਕ ਕਹਿੰਦਾ ਵੀ ਜਿਹੜਾ ਸਾਡਾ ਅਫਸਰ ਆ ਜਾਂ ਅਫਸਰ ਨੇ ਜਿਹੜੇ ਮੂਹਰੇ ਮੁਲਾਜ਼ਮ ਖੜਾਏ ਹੁੰਦੇ ਆ, ਉਹ ਜਦੋਂ ਕੋਈ ਆਉਂਦਾ ਜਾਂ ਕਿਸੇ ਬੰਦੇ ਨੂੰ ਅਸੀਂ ਫੜਦੇ ਹਾਂ ਤਾਂ ਉਹ ਹੱਥੀ ਨਹੀਂ ਪੈਸੇ ਫੜਦੇ, ਵੀ ਕਿਸੇ ਨੇ ਅੱਜ ਕੱਲ੍ਹ ਬਟਨ ਦੇ ਵਿੱਚ ਕੈਮਰਾ ਲਾਇਆ ਹੋਇਆ, ਕੋਈ ਆਪਦਾ ਮੋਬਾਈਲ ਜੇਬ ਚ ਪਾ ਕੇ ਆ ਗਿਆ, ਕੋਈ ਰਿਕਾਰਡਿੰਗ ਕਰਕੇ ਲੈ ਜੇ, ਉਹ ਕਹਿੰਦੇ ਨੇ ਵੀ ਤੇਰਾ ਮਸਲਾ ਹੱਲ ਕਰ ਦਿਆਂਗੇ, ਉਹ ਰੇੜੀ ਵਾਲਾ ਨਾ ਜਿਹੜਾ ਜਿਹੜਾ ਆਲੂ ਵੇਚੀ ਜਾਂਦਾ, ਉਹਨੂੰ 2000 ਰੁਪਏ ਫੜਾ ਦੇ। ਫਿਰ ਤੈਨੂੰ ਆਹ ਕੰਮ ਆ ਜਿਹੜਾ ਉਹਦੀ ਇੰਨੀ ਸਜ਼ਾ ਮਿਲਦੀ ਆ, ਤੇਰਾ ਜੁਰਮਾਨਾ ਬਣਦਾ 10,000 ਰੁਪਇਆ, ਤੂੰ 5,000 ਰੁਪਇਆ ਉਹ ਜਾ ਕੇ ਨਾ ਚਾਹ ਵਾਲੇ ਖੋਖੇ ਤੇ ਫੜਾ ਦੇ। ਉਹ ਖੋਖੇ ਵਾਲੇ ਦੇ ਨਾਲ ਸਾਰੀ ਗਿਟੀ ਸਿੱਟੀ ਆ। ਅੱਛਾ। ਕਹਿੰਦੇ ਵੀ ਆਪ ਪੈਸੇ ਨੂੰ ਹੱਥ ਹੀ ਨੀ ਲਾਉਣਾ, ਜਾਂਦੇ ਹੋਇਆ ਨੀ ਲੈਣਾ। ਵਾਹ, ਸਕੀਮਾਂ ਵੈਸੇ ਕਿੰਨੀਆਂ ਨਵੀਆਂ ਨਵੀਆਂ ਘੜ ਲੈਂਦੇ ਆ ਨਾ, ਵੀ ਨਾ ਤਾਂ ਪਤਾ ਲੱਗੇ ਤੇ ਆਪਣਾ ਕੰਮ ਵੀ ਹੋ ਜਾਵੇ, ਉਹ ਸੱਪ ਵੀ ਮਰ ਜਾਏ, ਲਾਠੀ ਵੀ ਨਾ ਟੁੱਟੇ, ਹੈ ਨਾ, ਵੀ ਅਸੀਂ ਵੀ ਆਪਣਾ ਕੰਮ ਕਰੀ ਜਾਂਦੇ ਹਾਂ, ਤੇ ਜਿਹੜਾ ਬੰਦਾ ਇਸ ਨੀਤ ਨਾਲ ਆਇਆ ਵੀ ਮੈਂ ਇਹਨਾਂ ਨੂੰ ਫੜੂੰਗਾ, ਉਹਦਾ ਵੀ ਨੀ ਕੰਮ ਹੁੰਦਾ। ਤੇ ਹੁਣ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਦੇ ਵੱਲੋਂ ਇੱਕ ਐਲਾਨ ਕੀਤਾ ਗਿਆ, ਉਹ ਕਹਿੰਦੇ ਵੀ ਜਿਹੜੇ ਸਾਡੇ ਵਿਭਾਗ ਦੇ ਮੁਲਾਜ਼ਮ ਆ, ਜਾਣੀ ਕਿ ਪੁਲਿਸ ਮੁਲਾਜ਼ਮ, ਜੇ ਉਹ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਗੇ ਤਾਂ ਉਹਨਾਂ ਦੇ ਵੀ ਚਲਾਨ ਹੋਣਗੇ, ਜੇ 3 ਜਣੇ ਬੈਠ ਕੇ ਜਾਣਗੇ, ਜੇ ਬਿਨਾਂ ਹੈਲਮਟ ਤੋਂ ਜਾਣਗੇ, ਜੇ ਸੀਟ ਬੈਲਟ ਨਹੀਂ ਲਾਉਣਗੇ, ਉਹਨਾਂ ਦਾ ਚਲਾਨ ਵੀ ਹੋਊਗਾ ਤੇ ਉਹਨਾਂ ਦੇ ਉੱਤੇ ਵਿਭਾਗੀ ਕਾਰਵਾਈ ਵੀ ਹੋਊਗੀ। ਬਹੁਤ ਵਧੀਆ, ਇਹ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਬਹੁਤ ਵਾਰ ਲੋਕ ਜਿਹੜੇ ਆ ਉਹ ਇਹੀ ਸਵਾਲ ਚੁੱਕਦੇ ਆ ਵੀ ਕਈ ਵਾਰ ਪੁਲਿਸ ਵਾਲੇ ਕੋਲ ਦੀ ਲੰਘ ਜਾਂਦੇ ਬਿਨਾਂ ਹੈਲਮਟ ਤੋਂ, 3-3 ਜਣੇ ਮੋਟਰਸਾਈਕਲ ਤੇ ਬੈਠੇ ਹੁੰਦੇ, ਵੀ ਉਹਨਾਂ ਨੂੰ ਤਾਂ ਕੋਈ ਪੁੱਛਣ ਦੱਸਣ ਵਾਲਾ ਹੀ ਹੈ ਨੀ, ਆਮ ਬੰਦਾ ਜੇ ਉੱਥੋਂ ਲੰਘਣ ਲੱਗੇ ਤੈਨੂੰ ਫੱਟ ਰੋਕ ਕੇ ਕਹਿੰਦੇ ਵੀ ਤੇਰਾ ਤਾਂ ਇੰਨੇ ਦਾ ਚਲਾਨ ਬਣਦਾ। ਬਿਲਕੁਲ ਸਹੀ। ਹਰਮਨ ਜੀ, ਇਹ ਦੱਸੋ ਕਿ ਤੁਹਾਨੂੰ ਬਰਗਰ ਪੀਜ਼ਾ ਕਿੰਨਾ ਕੁ ਚੰਗਾ ਲੱਗਦਾ? ਮੈਨੂੰ ਪੀਜ਼ਾ ਚੰਗਾ ਲੱਗਦਾ, ਬਰਗਰ ਤੁਹਾਨੂੰ ਪਤਾ ਮੈਂ ਨਹੀਂ ਖਾਂਦੀ, ਬਹੁਤ ਘੱਟ ਖਾਂਦੀ ਹਾਂ। ਪਹਿਲਾਂ ਨਾ ਮੈਂ ਪੀਜ਼ਾ ਕਹਿੰਦਾ ਹੁੰਦਾ ਸੀ, ਹੁਣ ਮੈਨੂੰ ਪਤਾ ਲੱਗਾ ਵੀ PIZZA ਇਹਨੂੰ ਪੀਜ਼ਾ ਕਹਿੰਦੇ ਆ। ਇਟਸ ਪੀਜ਼ਾ, 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 ਹਾਂ ਪੀਜ਼ਾ, ਠੀਕ ਆ, ਹੁਣ ਦਿਲ ਤੇ ਲਾ ਗਏ, ਪੀਜ਼ਾ ਪੀਜ਼ਾ ਪੀਜ਼ਾ, ਜੇ ਆਉਂਦਾ ਤੇਰਾ ਮਤਲਬ ਸਹਿਰੀ ਖਾ ਜਾਣਾ। ਮੈਂ ਤੁਹਾਨੂੰ ਸਿਖਾ ਰਹੀ ਹਾਂ, ਮੈਨੂੰ ਪੀਜ਼ਾ ਪਤਾ ਹੈ। ਕੱਲ ਨੂੰ ਕੋਈ ਇਹ ਨਾ ਕਹੇ ਵੀ ਹਰਮਨ ਤੇ ਇਤਨਾ ਬੈਨਾ, ਤੈਨੂੰ ਇੰਨਾ ਵੀ ਨਹੀਂ ਪਤਾ। ਵਾਹ ਵਾਹ ਵਾਹ, ਉਂਗਲਾਂ ਵਰਗੇ ਬਣਾ ਕੇ ਉਹ ਤੜਕੇ ਲੂਣ ਲੱਗ ਦਿੰਦੇ ਆ ਉਹ, ਜਾਂ ਤੁਸੀਂ ਗੱਲ ਕਰ ਲੋ ਬਰਗਰ ਦੀ, ਜਾਂ ਗੱਲ ਕਰ ਲੋ ਨੂਡਲਸ ਦੀ, ਜਾਂ ਕਰ ਲੋ ਤੁਸੀਂ ਮਨਚੂਰੀਅਨ ਦੀ, ਜਾਂ ਤੁਸੀਂ ਗੱਲ ਕਰ ਲੋ ਇੱਥੇ ਡੋਸੇ ਦੀ, ਇਡਲੀ ਦੀ, ਸਾਂਬਰ ਦੀ, ਫਰਾਈਡ ਰਾਈਸ ਦੀ, ਹਾਂਜੀ ਤੁਸੀਂ ਗੱਲ ਕਰ ਲੋ ਫਾਸਟ ਫੂਡ ਦੀ, ਇਹ ਕਹਿੰਦੇ ਵੀ ਤੁਹਾਡੀ ਸਿਹਤ ਦੇ ਲਈ ਇੰਨੇ ਕੁ ਨੁਕਸਾਨਦਾਇਕ ਆ ਵੀ ਪੁੱਛੋ ਕੁਛ ਨਾ। ਇੱਕ ਨਵੀਂ ਖੋਜ ਹੋਈ ਆ ਉਹਦੇ ਬਾਬਤ, ਜਾਣਕਾਰੀ ਮਿਲੀ ਆ ਕਿ 32-33 ਕੰਪਨੀਆਂ ਦੇ ਉੱਤੇ ਸਰਵੇਖਣ ਹੋਇਆ, ਇਹਦੇ ਮੁਤਾਬਕ ਜਿੰਨਾ ਸਾਨੂੰ ਪੂਰੇ ਦਿਨ ਦੇ ਵਿੱਚ ਲੂਣ ਚਾਹੀਦਾ, ਤੇ ਜੇਕਰ ਮੈਂ ਇੱਕ ਵਾਰ ਨਿਊਡਲ ਖਾ ਲਏ, ਜੇਕਰ ਮੈਂ ਇੱਕ ਵਾਰ ਬਰਗਰ ਖਾ ਲਿਆ, ਇੱਕ ਵਾਰ ਮੈਂ ਪੀਜ਼ਾ ਖਾ ਲਿਆ, ਇੱਕ ਵਾਰ ਮੈਂ ਕੁੱਕੜ ਖਾ ਲਿਆ ਲੈ ਕੇ ਬਾਜ਼ਾਰੋਂ, ਉਹਦੇ ਵਿੱਚ ਇੰਨੀ ਕੁ ਲੂਣ ਦੀ ਮਾਤਰਾ ਪਾਉਂਦੇ ਆ ਵੀ 99.9% ਲੂਣ ਦੀ ਮਾਤਰਾ ਮੇਰੀ ਇੱਕ ਵਾਰ ਖਾਧੇ ਤੋਂ ਪੂਰੀ ਹੋ ਜਾਂਦੀ ਆ। ਜਿੰਨੀ ਮੇਰੇ ਸਰੀਰ ਨੂੰ ਫੈਟ ਚਾਹੀਦੀ ਆ ਉਹਦਾ 72-73% ਹਿੱਸਾ ਜਿਹੜਾ ਜੇਕਰ ਮੈਂ ਇੱਕ ਵਾਰ ਫਾਸਟ ਫੂਡ ਖਾ ਲੈਂਦਾ ਉਹਦੇ ਨਾਲ ਹੀ ਪੂਰਾ ਹੋ ਜਾਂਦਾ। ਸੋ ਇਸ ਕਰਕੇ ਭਾਈ ਬਾਹਲਾ ਨਹੀਂ ਖਾਣਾ ਚਾਹੀਦਾ, ਆਪਦੇ ਨਿਆਣਿਆਂ ਨੂੰ ਸਮਝਾਉਣਾ ਚਾਹੀਦਾ ਵੀ ਐ ਨੀ ਭਾਈ ਐ ਕਰਿਆ ਕਰ, ਤੇ ਆਪਣੇ ਸਿਆਣਿਆਂ ਨੂੰ ਕੌਣ ਸਮਝਾਵੇ, ਕੋਈ ਨਹੀਂ ਸਮਝਦਾ। ਹਾਂ, ਉਹਨਾਂ ਨੂੰ ਵੀ ਸਮਝਾਉਣਾ ਚਾਹੀਦਾ ਨਾ ਵੀ ਕੁੱਕੜ ਨਹੀਂ ਖਾਣਾ ਚਾਹੀਦਾ, ਫਾਸਟ ਫੂਡ ਬਿਲਕੁਲ ਨਹੀਂ ਖਾਣਾ ਚਾਹੀਦਾ, ਤਲਿਆ ਮਲਿਆ ਤੋਂ ਦੂਰ ਰਹਿਣਾ ਚਾਹੀਦਾ। ਮੈਂ ਪਰਸੋਂ ਇੱਕ ਖੋਜ ਪੜੀ ਜੀ, ਕਹਿੰਦੇ ਵੀ ਬੰਦੇ ਨੂੰ ਸਿਹਤ ਦਾ ਬੜਾ ਖਿਆਲ ਰੱਖਣਾ ਚਾਹੀਦਾ, ਤੇ ਜੇਕਰ ਤੁਸੀਂ ਇੱਕ ਵਾਰ ਬਰਗਰ ਖਾ ਲੈਂਦੇ ਆ ਤੁਹਾਡੇ ਸਰੀਰ ਦੇ ਵਿੱਚ ਇੰਨੀ ਕੁ ਫੈਟ ਜਮ੍ਹਾਂ ਹੋ ਜਾਂਦੀ ਆ, ਤੁਹਾਡੇ ਵਿੱਚ ਕੈਲਰੀਜ਼ ਇੰਨੀਆਂ ਕੁ ਜ਼ਿਆਦਾ ਵੱਧ ਜਾਂਦੀਆਂ, ਇਹਨਾਂ ਨੂੰ ਬਰਨ ਹੋਣ ਦੇ ਉੱਤੇ, ਇਹਨਾਂ ਦੀ ਖਪਤ ਹੋਣ ਦੇ ਉੱਤੇ ਬੜਾ ਟਾਈਮ ਲੱਗ ਜਾਂਦਾ। ਤੁਹਾਨੂੰ ਘੱਟੋ ਘੱਟ 20-22 ਕਿਲੋਮੀਟਰ ਤੱਕ ਤੁਰਨਾ ਚਾਹੀਦਾ ਇੱਕ ਬਰਗਰ ਖਾ ਕੇ, ਤੇ ਮੈਂ ਕਿਹਾ 22 ਕਿਲੋਮੀਟਰ ਤੁਰੋ ਫਿਰ ਭੁੱਖ ਲੱਗ ਗਈ ਅੱਗੇ ਫਿਰ ਬਰਗਰ ਖਾ ਲਓ, ਤੇ ਹੋਰ 22 ਕਿਲੋਮੀਟਰ ਤੁਰ ਕੇ ਤੇ ਉੱਥੇ ਬਰਗਰ ਖਾ ਲਓ, ਉੱਥੋਂ ਫੇਰ ਵਾਪਸ ਆ ਜਾਓ 22 ਕਿਲੋਮੀਟਰ ਹੋ ਗਏ, ਇਸੇ ਕੰਮ ਤੇ ਜ਼ਿੰਦਗੀ ਦੇ ਵਿੱਚ ਹੋਰ ਕੁਛ ਨਾ ਕਰੋ।
ਪਰ ਗੱਲ ਇਹ ਹੈ ਟੈਣਾ ਸਾਹਿਬ, ਸਮਝਾਵੇ ਕੌਣ? ਇਹ ਜਿਹੜੀਆਂ ਤੁਸੀਂ ਜਿਹੜੇ ਸਰਵੇਖਣ ਦੀ ਗੱਲ ਕਰ ਰਹੇ ਹੋ, ਇਹ ਜੁਲਾਈ ਤੋਂ ਲੈ ਕੇ ਅਕਤੂਬਰ ਮਹੀਨੇ ਤੱਕ ਇਹ ਜਿਹੜਾ ਸਰਵੇਖਣ ਉਹ ਚੱਲਿਆ, ਜਿਹਦੇ ਵਿੱਚ ਸਾਰੇ ਤੱਥ ਜਿਹੜੇ ਨੇ ਉਹ ਬਾਹਰ ਆਏ ਨੇ, ਹਨਾ। ਇਹ ਅੱਜ ਕੱਲ ਇਹ ਜਿਹੜਾ ਫਾਸਟ ਫੂਡ ਹੈ, ਇਹ ਸਾਨੂੰ ਸਲੋ ਕਰ ਦਿੰਦਾ, ਅਸੀਂ ਇਹ ਮੰਨਦੇ ਨਹੀਂ ਹੈਗੇ। ਬੱਚਿਆਂ ਨੂੰ ਬਹੁਤ ਆਦਤ ਪੈ ਚੁੱਕੀ ਕੋਲਡ ਡਰਿੰਕ ਦੀ, ਤੁਸੀਂ ਵੇਖੋ ਵੀ ਕਿੰਨਾ ਮਿੱਠਾ ਹੁੰਦਾ ਉਹਦੇ ਵਿੱਚ, ਹਨਾ। ਪਰ ਬੱਚੇ ਆਪਾਂ ਫੱਟ ਘਰੇ ਵੀ ਗਲਾਸ ਉਹਨੂੰ ਇੱਕ ਪੂਰਾ ਭਰ ਕੇ ਤੇ ਫੜਾ ਦਿੰਦੇ ਵੀ ਚੱਲ ਟਿਕਿਆ ਰਹੂ ਪੀ ਲਊ, ਹਨਾ। ਚਿਪਸ ਦਾ ਪੈਕਟ ਜਿਹਾ ਖੋਲ ਕੇ ਉਹਨੂੰ ਟੀਵੀ ਮੂਹਰੇ ਫੜਾ ਦਿੰਦੇ ਵੀ ਚੱਲ ਟਿਕਿਆ ਰਹੂ, ਮੈਂ ਆਪਣੇ ਕੰਮ ਕਰ ਲਊ। ਪਰ ਸਾਨੂੰ ਇਹ ਨੀ ਪਤਾ ਲੱਗਦਾ ਵੀ ਉਹ ਫਿਰ ਉਹ ਹਿਲਦਾ ਨੀ, ਫਿਰ ਉਹਨੂੰ ਕਹੀ ਚੱਲੋ ਲੱਖ ਵੀ ਭੋਲੂ ਝੋਲੂ ਤੂੰ ਇੱਥੋਂ ਉੱਠ ਫਲਾਣੀ ਥਾਂ ਚੱਲ ਜਾ ਖੇਡ ਲਾ ਮਹਿਸੂਸ ਕਰਦਾ ਜੀ। ਫਿਰ ਇਹ ਇਹ ਸਾਨੂੰ ਸਿੱਟੇ ਬਾਅਦ ਚ ਭੁਗਤਣੇ ਪੈਂਦੇ, ਫਿਰ ਬਰੀਐਟ੍ਰਿਕ ਸਰਜਰੀ ਵੱਲ ਜਾਣਾ ਪੈਂਦਾ। ਫਿਰ ਢਿੱਡ ਦੇ ਉੱਤੇ ਥੋੜੇ ਜਿਹੇ ਕੱਟ ਲੱਗਦੇ ਆ, ਉਹਦੇ ਨਾਲ ਕਹਿੰਦੇ ਵੀ ਭੋਜਨ ਦੇ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ, ਫਿਰ ਤੁਸੀਂ ਆਪਦਾ ਢਿੱਡ ਵਧਾਉਂਦੇ ਆ, ਕਹਿਣ ਦਾ ਭਾਵ ਆਪਾਂ ਤੁਰੇ ਕਿੱਥੇ? ਇਹਦੇ ਨਾਲੋਂ ਚੰਗਾ ਇਹ ਆ ਵੀ ਤੁਸੀਂ ਘੱਟ ਖਾਓ ਜੀ, ਤੁਸੀਂ ਓਨਾ ਕੁ ਖਾਓ ਜਿੰਨੇ ਕੁ ਸਰੀਰ ਦੀ ਲੋੜ ਆ। ਕਈ ਵਾਰ ਅਸੀਂ ਮੁਫਤ ਦਾ ਵੇਖ ਕੇ ਟੁੱਟ ਕੇ ਪੈ ਜਾਂਦੇ ਆ ਕਈ ਵਾਰ, ਹਾਂਜੀ। ਢਿੱਡ ਤਾਂ ਆਪਦਾ ਹੀ ਆ ਜੀ, ਜੇ ਮੁਫਤ ਦੀ ਦਾਰੂ ਮਿਲ ਜੇ ਅਸੀਂ ਤਾਂ ਨਹੀਂ ਛੱਡਦੇ। ਆਪਾਂ ਕੱਲ ਹੀ ਹਲੇ ਗੱਲ ਕੀਤੀ ਸੀ ਵੀ ਮਾਊਂਟ ਐਵਰੈਸਟ ਪੂਰਾ ਚੌਲਾਂ ਦਾ ਬਣਾ ਕੇ ਜਦੋਂ ਵਿਆਹ ਸ਼ਾਦੀ ਚ ਆਪਾਂ ਜਾਂਦੇ ਆ ਤੇ ਫਿਰ ਉਹਨੂੰ ਦਾਬੜਾ ਚਾੜਦੇ ਆ, ਭੁੱਖੇ ਬਣੋ ਭੁੱਖੜ ਨਹੀਂ। ਹਾਂ, ਭੁੱਖੇ ਵੀ ਨਾ ਬਣੋ, ਰੱਜੇ ਹੀ ਰਹੋ। ਨਹੀਂ ਮਤਲਬ ਜੇ ਭੁੱਖ ਲੱਗੀ ਆ ਤਾਂ ਉਸ ਹਿਸਾਬ ਦਾ ਖਾ ਲਓ। ਮੈਂ ਤੁਹਾਡੇ ਪ੍ਰੈਜ਼ੈਂਸ ਆਫ ਮਾਈਂਡ ਵੇਖ ਰਹੀ ਸੀ। ਓ ਮਾਈ ਗੋਡ, ਇਟ ਇਜ਼ ਟੂ ਮੱਚ। ਓ ਮਾਈ ਗੋਡ, ਜੱਜ ਦਾ ਵਿਚਾਰ। ਹਰਮਨ ਜੀ, ਇੱਕ ਕੁੜੀ ਆ ਸੈਂਡਰਾ ਬਲੈਂਕੋ, ਅੱਛਾ, 32 ਸਾਲ ਦੀ ਉਮਰ ਆ, ਹਾਂਜੀ, ਲੰਡਨ ਦੀ ਰਹਿਣ ਵਾਲੀ ਆ। ਉਹਨੇ ਇੱਕ ਵੱਖਰੀ ਚੀਜ਼ ਪੇਸ਼ ਕੀਤੀ ਹੈ, ਇੱਕ ਵੱਖਰੀ ਗੱਲ ਕੀਤੀ ਹੈ। ਕੀ ਕੀਤਾ? ਜੇਕਰ ਇਹ 76 ਗਿੱਲ ਦੇ ਗਾਣੇ ਸੁਣਦੀ ਹੁੰਦੀ ਤਾਂ ਸ਼ਾਇਦ ਇਹਦੀ ਜ਼ਿੰਦਗੀ ਦੇ ਵਿੱਚ ਆਹ ਮੋੜ ਨਾ ਆਉਂਦਾ। ਪਰ ਕਿਉਂਕਿ ਇਹਨੂੰ ਪੰਜਾਬੀ ਦੀ ਸਮਝ ਨਹੀਂ ਆਉਂਦੀ ਤੇ 76 ਗਿੱਲ ਅੰਗਰੇਜ਼ੀ ਦੇ ਵਿੱਚ ਨਹੀਂ ਗਾਉਂਦਾ, ਇਸ ਕਰਕੇ ਬਹੁਤ ਵੱਡਾ ਅੜਿੱਕਾ ਪੈ ਗਿਆ। ਨਹੀਂ, ਕਿਹੜਾ ਗਾਣਾ? ਜਾਨ ਤੋਂ ਪਿਆਰਿਆ ਵੇ ਮੁੱਖ ਮੋੜ ਕੇ, ਦੇਖੀ ਚਲਾ ਜਾਵੀਂ ਨਾ ਤੂੰ ਦਿਲ ਤੋੜ ਕੇ। ਅੱਛਾ, ਜੇ ਕਿਤੇ ਇਹ ਗਾਣਾ ਸੁਣਿਆ ਹੁੰਦਾ ਤਾਂ ਉਹਦੇ ਦਿਲ ਦੇ ਉੱਤੇ ਛੁਰੀਆਂ ਨੇ ਚੱਲਦੀਆਂ। ਉਹ ਇਹ ਨਾ ਕਹਿੰਦੀ ਵੀ ਮੇਰੇ ਨਾਲ ਦਗੇਬਾਜ਼ੀ ਹੋ ਗਈ। ਉਸ ਕੁੜੀ ਦਾ ਪਿਆਰ ਮੁਹੱਬਤ ਦਾ ਚੱਕਰ ਸੀਗਾ, ਉਹ ਕੁੜੀ ਹੈ ਜਿਹੜੀ ਉਹ ਦਿਲੋਂ ਜਾਨ ਦੇ ਨਾਲ ਸਭ ਕੁਝ ਨਿਸ਼ਾਵਰ ਕਰਦੀ ਸੀ ਇਸ ਮੁੰਡੇ ਦੇ ਉੱਤੇ। ਅੱਛਾ, ਦੋਵਾਂ ਨੇ ਵਿਆਹ ਦੀ ਤਰੀਕ ਤੈਅ ਕਰ ਲਈ ਵੀ ਆਪਾਂ ਕ੍ਰਿਸਮਸ ਦੇ ਨੇੜੇ ਤੇੜੇ ਜਾ ਕੇ ਵਿਆਹ ਕਰਵਾ ਲੈਣਾ। ਲਓ ਜੀ, ਉਹਨਾਂ ਨੇ ਜਿਹੜਾ ਪੈਲਸ ਵੀ ਬੁੱਕ ਕਰਵਾ ਲਿਆ, ਕਰਵਾਇਆ ਹੋਣਾ, ਜਿਹਨੂੰ ਬੈਂਕਟ ਹਾਲ ਕਹਿੰਦੇ ਨਾ ਬਾਹਰਲੇ ਮੁਲਕਾਂ ਦੇ ਵਿੱਚ। ਲਓ ਜੀ, ਉਹਨੇ ਆਪਦਾ ਘੱਗਰਾ ਘੁਗਰਾ ਸਾਰਾ ਕੁਛ ਬੁੱਕ ਕਰਵਾਤਾ ਵੀ ਭਾਈ ਮੈਂ ਲਹਿੰਗਾ ਪਾਊਂਗੀ ਤੇ ਮੈਂ ਉੱਥੇ ਜਿਹੜਾ ਉਹ ਹੁੰਦਾ ਜਿਹੜਾ ਇਨੂ ਜਿਹਾ ਬਣਿਆ ਹੁੰਦਾ, ਉਹ ਕਹਿੰਦੀ ਮੈਂ ਫੁੱਲਾਂ ਵਾਲਾ ਇਨੂ ਐ ਰੱਖਣਾ ਉੱਤੇ, ਹਨਾ, ਤੇ ਨੱਕ ਨੁੱਕ ਬਣਾ ਲਿਆ ਉਹਨੇ, ਸਾਰਾ ਕੁਛ ਕਰ ਲਿਆ, ਕਹਿਣ ਦਾ ਭਾਵ ਇਹ ਆ, ਰਾਣੀ ਹਾਰ ਵੀ ਕਹਿੰਦੀ ਮੈਂ ਲਊਂਗੀ ਸਾਰਾ ਕੁਛ, ਮਤਲਬ ਅਗਲੀ ਗੱਲ ਸੁਣੋ ਨਾ। ਲਓ ਜੀ, ਉਹ ਮੌਕੇ ਤੇ ਜਵਾਬ ਦੇ ਗਿਆ, ਕਹਿੰਦਾ ਵੀ ਆਪਾਂ ਤਾਂ ਨੀ ਤੇਰੇ ਵਿਆਹ ਕਰਾਉਣਾ, ਹੁਣ ਸਾਰੀਆਂ ਚੀਜ਼ਾਂ ਬੁੱਕ ਕਰਵਾਈਆਂ ਵੀਆਂ, ਐਡਵਾਂਸ ਪੈਸੇ ਦਿੱਤੇ ਆ ਪਹਿਲਾਂ ਹੀ ਵੀ, ਬਾਕੀ ਜਦੋਂ ਅਸੀਂ ਵਿਆਹ ਕਰਾਉਣਾ ਵਾਂਗੇ ਉਦੋਂ ਦੇ ਦੇਵਾਂਗੇ। ਲਓ ਜੀ, ਖੁਸ਼ੀਆਂ ਬਹੁਤ ਸੀ, ਮੌਕੇ ਬਦਲ ਗਿਆ। ਅੱਛਾ, ਉਹ ਕਹਿੰਦਾ ਵੀ ਇੱਕ ਦਿਨ ਆ ਕੇ ਵੀ ਜਿਵੇਂ ਤੂੰ ਮੇਰੇ ਨਾਲ ਕਿਚ 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 ਕਰਦੀ ਆ, ਉੱਥੇ ਵੀ ਐਂ ਚੱਲਦਾ, ਇੱਥੇ ਹੀ ਨਹੀਂ ਕੱਲਾ, ਅੰਗਰੇਜ਼ੀ ਦੇ ਵਿੱਚ ਹੋਰ ਤਰੀਕੇ ਨਾਲ ਹੋਊਗਾ ਵੀ ਜਿਵੇਂ ਤੂੰ ਹਰ ਗੱਲ ਦੇ ਵਿੱਚ ਦਖਲ ਦਿੰਨੀ ਆ, ਤੂੰ ਤਾਂ ਮੇਰੀ ਨਿੱਜਤਾ ਨੂੰ ਭੰਗ ਕਰੀ ਜਾਂਦੀ ਆ ਵੀ, ਇਸ ਕਰਕੇ ਵੀ ਆਪਾਂ ਨੀ ਚਾਹੁੰਦੇ ਵੀ ਐਵੇਂ ਬਾਹਲੇ ਪੰਗੇ ਚ ਪੈ ਗਏ, ਜਿੰਨੀ ਨਿਭਗੀ ਨਿਭਾ ਲਈ ਆਪਾਂ, ਸੋਹਣੇ ਤੂੰ ਮੈਨੂੰ ਬਦਨਾਮ ਨਾ ਕਰੀ, ਇਹ ਗਾਣਾ ਗਾਇਆ ਕਰ, ਠੀਕ ਆ। ਉਹ ਕਹਿੰਦੀ ਵੀ ਚਲੋ ਠੀਕ ਆ, ਤੇਰੀ ਮਰਜ਼ੀ ਆ ਵੀ ਮੈਂ ਕਿਹੜਾ ਤੈਨੂੰ ਸੰਗਲ ਪਾਉਣਾ, ਨਾ ਹੀ ਮੈਂ ਇੱਥੋਂ ਵਾਂਗੂ ਤੇਰੇ ਤੇ ਦੋਸ਼ ਲਾਉਣੇ ਵੀ ਦਾਜ ਦੇ ਚੱਕਰ ਦੇ ਵਿੱਚ ਮੈਨੂੰ ਕੁੱਟਦਾ ਰਿਹਾ, ਠੀਕ ਆ। ਹੁਣ ਉਸ ਤੋਂ ਬਾਅਦ ਉਹਨੇ ਦਿਮਾਗ ਲੜਾਇਆ, ਉਹ ਕਹਿੰਦੀ ਵੀ ਪੈਸੇ ਤਾਂ ਸਾਰੇ ਪਾਸੇ ਗਏ ਹੀ ਆ, ਕਿਉਂ ਨਾ ਮੈਂ ਵਿਆਹ ਕਰਵਾ ਲਾ, ਉਹਨਾਂ ਨੇ ਮੋੜਦੇ ਨੀ ਪੈਸੇ, ਉਹ ਕਹਿੰਦੀ ਰਿਫੰਡ ਨੀ ਹੁੰਦਾ ਇੱਥੇ। ਉਹਨੇ ਫਿਰ ਆਪਦੇ ਨਾਲ ਆਪ ਹੀ ਵਿਆਹ ਕਰਵਾ ਲਿਆ, ਪੂਰੀ ਸਜ ਧਜ ਕੇ ਗਈ ਉਹਨੇ, ਪੂਰਾ ਇਨੂ ਵੀ ਰੱਖਿਆ, ਸਾਰਾ ਕੁਛ ਲਾਇਆ ਉਹਨੇ, ਬਾਕੀ ਛੰਗਣ ਮੰਗਣ ਪੂਰਾ ਟਿਪ ਟੋਪ, ਠੀਕ ਆ। ਉਹ ਕਹਿੰਦੀ ਵੀ ਮੈਂ ਇੱਕ ਵੱਖਰੀ ਚੀਜ਼ ਪੇਸ਼ ਕੀਤੀ ਆ, ਕਹਿੰਦੀ ਅਸਲ ਦੇ ਵਿੱਚ ਗੱਲ ਇਹ ਆ ਵੀ ਮੈਂ ਲੋਕਾਂ ਨੂੰ ਇੱਕ ਸੁਨੇਹਾ ਦੇਣਾ ਸੀ ਵੀ ਆਪਣੇ ਆਪ ਨਾਲ ਵੀ ਪਿਆਰ ਕਰੋ, ਮੈਂ ਉਹਨੂੰ ਕਰਦੀ ਸੀ, ਉਹ ਹੋ ਗਿਆ ਫੁਰ, ਮੈਂ ਹੁਣ ਆਪਦੇ ਆਪ ਨੂੰ ਕਿਉਂ ਤੰਗ ਕਰਾਂ, ਮੈਂ ਖੁਦ ਨੂੰ ਕਿਉਂ ਤਕਲੀਫ ਦੇਵਾਂ, ਮੈਂ ਇਹ ਦੱਸਣਾ ਚਾਹੁੰਦੀ ਆ ਵੀ ਜੇਕਰ ਤੁਹਾਨੂੰ ਪਿਆਰ ਚ ਧੋਖਾ ਵੀ ਮਿਲ ਜੇ ਤੁਹਾਡੀਆਂ ਖੁਸ਼ੀਆਂ ਮੁੱਕਦੀਆਂ ਨੀ, ਮੇਰੀਆਂ ਨੀ ਮੁੱਕੀਆਂ, ਮੇਰੇ ਵੱਲ ਵੇਖੋ। ਓ ਹਾਂਜੀ, ਠੀਕ ਹੈ ਜੀ।
ਇਹ ਠੰਡੀ ਹਵਾ ਦਾ ਅਸਰ ਆ। ਹਾਂਜੀ ਕੁੜੀ ਜੇ ਕਿਤੇ ਇੱਦਾਂ ਭਾਰਤ ਦੇ ਵਿੱਚ ਹੋਵੇ ਨਾ, ਪੰਜਾਬ ਚ ਹੋਵੇ, ਵੀ ਕੁੜੀ ਕਹੇ ਮੈਂ ਕੱਲੀ ਹੀ ਵਿਆਹ ਕਰਾ ਲੂ ਆਪਣੇ ਆਪ ਦੇ ਨਾਲ, ਕੋਰਟ ਮੈਰਿਜ ਕਰਾ ਲੂ, ਹਨਾ, ਤੇ ਲੋਕਾਂ ਨੇ ਉਹ ਕਹਿਣਾ ਵੀ ਇਹਨੂੰ ਉੱਪਰੀ ਹਵਾ ਲੱਗ ਗਈ, ਇਹਨੂੰ ਬਾਬੇ ਕੋਲ ਲੈ ਜਾਓ, ਬਾਬੇ ਦੇ ਕੋਲ ਲੈ ਜਾਣਗੇ, ਚਮਟੇ ਮਾਰ ਮਾਰ ਕੁੜੀ ਮਾਰ ਦੇਣੀ ਆ। ਜੀ ਬਿਲਕੁਲ, ਇਹ ਬਾਹਰਲੇ ਮੁਲਕਾਂ ਚ ਹੀ ਹੁੰਦੇ ਨੇ ਚੋਚਲੇ ਇਦਾਂ ਦੇ, ਵਿੰਗੇ ਟੇਡੇ ਜੇ। ਹਾਂ ਪਰ ਸੈਂਡਰਾ ਬਲੈਂਕੋ ਮੈਂ ਚਾਹੁੰਦਾ ਵੀ ਭਾਈ ਤੂੰ ਬੜੀ ਖੁਸ਼ ਰਵੀਂ, ਤੁਸੀਂ ਤਾਂ ਐਂ ਗੱਲਾਂ ਕਰਦੇ ਜਿਵੇਂ ਤੁਹਾਡੇ ਨਾਲ ਲਹਿੰਗੇ ਦੀ ਬੁਕਿੰਗ ਤੇ ਗਈ ਹੁੰਦੀ। ਠੀਕ ਹੈ, ਮੈਂ ਚਾਹੁੰਦਾ ਵੀ ਤੂੰ ਬੜੀ ਖੁਸ਼ ਰਵੇਂ ਜ਼ਿੰਦਗੀ ਦੇ ਵਿੱਚ, 32 ਵਰਿਆਂ ਦੀ ਤੂੰ ਹੋ ਗਈ ਆ ਜੀ, ਜ਼ਿੰਦਗੀ ਦੇ ਕਿਸੇ ਵੀ ਖੇਤਰ ਦੇ ਵਿੱਚ ਤੂੰ ਨਾ ਕਾਮਯਾਬ ਨਾ ਹੋਵੇਂ, ਜ਼ਿੰਦਾਬਾਦ ਰਵੇਂ ਤੂੰ। ਉਮਰ ਦੱਸਣੀ ਜ਼ਰੂਰੀ ਸੀ? ਕਿਉਂ, ਕੁੜੀਆਂ ਦੀ ਉਮਰ ਨਹੀਂ ਦੱਸਣੀ? ਉਹ ਅੰਗਰੇਜ਼ਣੀ ਆ, ਪੰਜਾਬਣ ਨਹੀਂ ਉਹ, ਜਿਹੜੀ ਮਰਜ਼ੀ ਹੋਵੇ ਹਰ ਗੱਲ ਦੇ ਵਿੱਚ ਉਹ ਭੇਤ ਰੱਖੂ। ਉਹ ਹਾਂਜੀ, ਜਿਹੜੀ ਮਰਜ਼ੀ ਹੋਵੇ, ਕਿਸੇ ਵੀ ਕੁੜੀ ਨੂੰ ਕਦੀ ਉਹਦੀ ਉਮਰ ਨਹੀਂ ਪੁੱਛੀ ਦੀ। ਮੈਂ ਪੁੱਛੀ, ਉਹਨੇ ਆਪ ਦੱਸੀ ਆ, ਤੇ ਤੁਸੀਂ ਸਾਰਿਆਂ ਨੂੰ ਜ਼ਰੂਰੀ ਦੱਸਣੀ ਸੀ। ਵਿੱਚ ਅਖਬਾਰ ਚ ਲਿਖਿਆ, ਉਹ ਕਹਿੰਦੀ ਮੈਂ 32 ਵਰਸ਼ ਕੀ ਹੂੰ। ਓਏ ਹੋਏ, ਹਾਂ ਅੱਛਾ, ਪਰ ਜੋ ਵੀ ਹੋਇਆ ਮਾੜਾ ਹੋਇਆ, ਜੇ ਕਿਸੇ ਨਾਲ ਨਿਭਾ ਨਹੀਂ ਸਕਦੇ ਤਾਂ ਉਹਨੂੰ ਧੋਖਾ ਨਾ ਦਿਓ, ਉਹਨੂੰ ਲਾਰਾ ਨਾ ਲਾਓ। ਜੇ ਕਿਸੇ ਨਾਲ ਤੁਹਾਨੂੰ ਲੱਗਦਾ ਵੀ ਮੈਂ ਨਿਭਾ ਸਕਦਾ ਸਕਦੀ ਹਾਂ, ਤਾਂ ਫਿਰ ਹੀ ਕਿਸੇ ਇਨਸਾਨ ਦੇ ਨਾਲ ਕੋਈ ਵਾਅਦਾ ਕਰਨਾ ਚਾਹੀਦਾ, ਨਹੀਂ ਤਾਂ ਭਾਈ ਹਰੇਕ ਨੂੰ ਖੁਸ਼ ਰਹਿਣ ਦਿਓ ਤੇ ਖੁਸ਼ ਰਹੋ। ਬਿਲਕੁਲ ਸਹੀ ਹੈ, ਹੈ ਨਾ, ਸਿਆਣੀ ਗੱਲ ਇਹ ਆ ਮੁੱਕਦੀ ਇੱਥੇ, ਸਿਆਣੇ ਬੰਦੇ ਦਾ ਫਾਇਦਾ ਹੀ ਇਹ, ਹੋਰ ਕਿਹੜਾ ਰਗੜ ਕੇ ਫੋੜ। ਇਸ ਤੋਂ ਪਹਿਲਾਂ ਤੁਸੀਂ ਖੁਦ ਨੂੰ ਹੋਰ ਬੜਾ ਸਿਆਣਾ ਸਮਝਣ ਲੱਗ ਜਾਓ, ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰ ਦਈਏ, ਅਸੀਂ ਚੱਲੀਏ, ਕਿਉਂਕਿ ਮੁੜ ਕੇ ਮੈਂ ਤੁਹਾਨੂੰ ਟਿਕਣ ਦੇਣਾ। ਸੋ ਅਸੀਂ ਚੱਲਦੇ ਹਾਂ ਜੀ, ਪ੍ਰੋਗਰਾਮ ਨੂੰ ਸਮੇਟਦੇ ਹਾਂ, ਕੱਲ੍ਹ ਨੂੰ ਫੇਰ ਮਿਲਾਂਗੇ, ਤਦ ਤੱਕ ਦੇ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।